ਚਮਕੌਰ ਸਾਹਿਬ ਦੇ ਵਿੱਚ ਇੱਕ ਮਰਦ ਵੀ ਨਿਰਵਸਤਰ ਹੋ ਕੇ ਸਾਰੇ ਚਮਕੌਰ ਦਾ ਚੱਕਰ ਕੱਢਦਾ ਹੈ। ਜਦੋਂ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਉਸ ਦੇ ਬਦਲੇ ਵਿੱਚ ਉਸ ਇਨਸਾਨ ਨੇ ਲਾਈਵ ਹੋ ਕੇ ਮੇਰੇ ਆਪਣੇ 'ਤੇ ਵੀ ਬੜੀ ਦੂਸ਼ਣਬਾਜ਼ੀ ਕੀਤੀ ਕਿ ਔਰਤ ਦੋ ਦੋ ਮਹੀਨੇ ਜੇ ਇਹ ਘਰ ਤੋਂ ਬਾਹਰ ਰਹਿੰਦੀ ਹੈ ਤਾਂ ਹੋ ਸਕਦਾ ਹੈ ਕਿ ਇਹਦਾ ਮਤਲਬ ਇਨਡਾਇਰੈਕਟਲੀ ਚਾਲ ਚੱਲਣ 'ਤੇ ਸ਼ੱਕ ਕੀਤਾ ਜਾਂਦਾ। ਸੂਝਵਾਨ ਔਰਤਾਂ ਦਾ ਵੀ ਇਸ ਧਰਤੀ 'ਤੇ ਇਹ ਹਾਲ ਹੈ ਅਤੇ ਜਦੋਂ ਔਰਤ ਨੂੰ ਦਬਾ ਦਿੱਤਾ ਜਾਂਦਾ ਤਾਂ ਉਹੀ ਔਰਤ ਨੂੰ ਬਹੁਤ ਕੁਛ ਕਿਹਾ ਜਾਂਦਾ ਕਿ ਤੂੰ ਇਹ ਨਹੀਂ ਕਰ ਸਕਦੀ, ਤੇਰਾ ਇਹ ਰਾਈਟ ਨਹੀਂ, ਜਾਂ ਔਰਤ ਨੂੰ ਇਹ ਕਹਿ ਕੇ ਦਰਕਾਰਿਆ ਜਾਂਦਾ ਕਿ ਇਹਦੀ ਤਾਂ ਗੁੱਤ ਪਿੱਛੇ ਮੱਤ ਹੈ। ਜਦੋਂ ਕਿ ਕੁਛ ਧਰਮੀ ਲੋਕ ਵੀ ਬਾਬੇ ਨਾਨਕ ਨੂੰ ਤਾਂ ਮੰਨਦੇ ਨੇ, ਪਰ ਬਾਬੇ ਨਾਨਕ ਦੀ ਜਿਹੜੀ ਕਹੀ ਹੋਈ ਗੱਲ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜਮੈਂ ਰਾਜਾਨ, ਉਹਦਾ ਇਹ ਰੰਗ ਹੈ ਜਿਹੜਾ ਔਰਤ ਦਾ, ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਸਭ ਤੋਂ ਪਹਿਲਾਂ ਮੈਂ ਮੇਰੇ ਸਰੋਤਿਆਂ ਦਾ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੀ ਹਾਂ। ਦੂਸਰਾ ਧੰਨਵਾਦ ਮੈਂ ਅਸੁਵਿਧਾ ਮੰਚ ਦਾ ਕਰਦੀ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਸਾਹਮਣੇ ਅੱਜ। ਅਤੇ ਤੀਸਰਾ ਧੰਨਵਾਦ ਮੈਂ ਆਧੁਨਿਕ ਵਿਗਿਆਨ ਦਾ ਵੀ ਕਰੂੰਗੀ, ਜਿਹਦੇ ਰਾਹੀਂ ਦੂਰ ਬੈਠੇ ਹੋਏ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਹਾਂ। ਅਤੇ ਇਸ ਕਰਕੇ ਮੈਂ ਸਾਰਿਆਂ ਦਾ ਦਿਲੋਂ ਹਾਰਦਿਕ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਸ ਮੰਚ 'ਤੇ ਤੁਸੀਂ ਆਉਣ ਦਾ ਮੌਕਾ ਦਿੱਤਾ। ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਬਹੁਤ ਹੀ ਪਿਆਰਾ ਹੈਡਿੰਗ ਲੱਗਿਆ ਪਹਿਲਾਂ ਤਾਂ, ਸਭ ਤੋਂ ਬਾਅਦ ਮੈਂ ਇਹਨਾਂ ਦੀ ਸ਼ੁਕਰਗੁਜ਼ਾਰ ਹਾਂ, ਮੈਂ ਹਰ ਰੰਗ ਵਿੱਚ ਰੱਤੀ ਹਾਂ। ਬਹੁਤ ਪਿਆਰਾ ਹੈਡਿੰਗ ਹੈ, ਸੱਚਮੁੱਚ ਹੀ ਔਰਤ ਹਰ ਰੰਗ ਵਿੱਚ ਰੱਤੀ ਮੈਂ ਮਹਿਸੂਸ ਕਰਦੀ ਹਾਂ। ਗੱਲ ਇਹ ਹੈ ਕਿ ਕਰੋੜਾਂ ਵਰ੍ਹਿਆਂ ਦੇ ਜਿਹੜਾ ਮਨੁੱਖ ਦਾ ਵਿਕਾਸ ਹੈ ਕੁਦਰਤ ਨੇ ਕੀਤਾ, ਉਸ ਵਿਕਾਸ ਦੇ ਵਿੱਚੋਂ ਜਿਹੜਾ ਮਨੁੱਖ ਹੋਂਦ ਵਿੱਚ ਆਇਆ ਉਹਦਾ ਜਿਹੜਾ ਅੱਧਾ ਹਿੱਸਾ ਹੈ ਉਸ ਵਰਗ ਨਾਲ ਸੰਬੰਧਿਤ ਅੱਜ ਮੇਰਾ ਵਿਸ਼ਾ ਹੈ, ਜਾਣੀ ਕਿ ਔਰਤ ਵਰਗ ਨਾਲ ਹਰ ਰੰਗ ਵਿੱਚ ਰੱਤੀ। ਕਿ ਜਿਹੜਾ ਇਹ ਵਿਕਾਸ ਹੋਇਆ ਮਨੁੱਖ ਦਾ, ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਰਹੇ ਨੇ ਅਤੇ ਰਹਿੰਦੀ ਦੁਨੀਆ ਤੱਕ ਇਹ ਪੂਰਕ ਰਹਿਣਗੇ ਵੀ। ਔਰਤ ਦੀ ਬਣਤਰ ਕੁਦਰਤ ਨੇ ਇਸ ਤਰੀਕੇ ਦੀ ਬਣਾਈ ਹੈ ਕਿ ਸੰਤਾਨ ਪੈਦਾ ਕਰਨ ਦੀ ਜਿਹੜੀ ਹੈਗੀ ਔਰਤ ਇੱਕ ਜਰਖੇਜ਼ ਭੂਮੀ ਹੈ। ਔਰਤ ਹਰ ਰੂਪ ਵਿੱਚ, ਜਿਵੇਂ ਮਾਂ ਦੇ ਰੂਪ ਵਿੱਚ, ਧੀ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ, ਦਾਦੀ ਦੇ ਰੂਪ ਵਿੱਚ, ਚਾਚੀ ਤਾਈ, ਹਰ ਰਿਸ਼ਤਾ ਲਈ ਬੈਠੀ ਹੈ। ਅਤੇ ਜਿਹੜੀ ਸਾਡੀ ਔਰਤ ਹੈ ਉਹ ਹਰ ਰਿਸ਼ਤਾ ਨਿਭਾ ਵੀ ਰਹੀ ਹੈ, ਇਸ ਤਰੀਕੇ ਨਾਲ ਉਹ ਇੰਨੇ ਰੰਗਾਂ ਵਿੱਚ ਰੰਗੀ ਹੋਈ ਮਹਿਸੂਸ ਹੁੰਦੀ ਹੈ। ਮਹਿਸੂਸ ਹੀ ਨਹੀਂ ਹੁੰਦੀ, ਉਹ ਇੰਨੇ ਰੰਗਾਂ ਵਿੱਚ ਰੰਗੀ ਵੀ ਹੈ। ਸੋ ਪਿਆਰੇ ਦੋਸਤੋ, ਅੱਜ ਅਸੀਂ ਆਧੁਨਿਕ ਜੀਵਨ ਦੇ ਵਿੱਚ, ਆਧੁਨਿਕ ਯੁੱਗ ਦੇ ਵਿੱਚ ਜੀ ਰਹੇ ਹਾਂ, ਆਪਣੀ ਮਨਪਸੰਦ ਦਾ ਪਹਿਨ ਰਹੇ ਹਾਂ, ਮਨਪਸੰਦ ਦਾ ਖਾ ਰਹੇ ਹਾਂ। ਅਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਉਹਨਾਂ ਰੂਹਾਂ ਨੂੰ ਵੀ ਸਿਜਦਾ ਕਰਦੀ ਹਾਂ ਜਿਹੜੀਆਂ ਜੰਗਲ ਦੇ ਜੀਵਨ ਜਿਉਂਦੀਆਂ ਹੋਈਆਂ ਨੇ, ਸਾਨੂੰ ਮਨੁੱਖੀ ਵਿਕਾਸ ਦੀ ਗਤੀ ਬਖਸ਼ੀ ਹੈ। ਬਾਕੀ ਜਿੱਥੋਂ ਤੱਕ ਔਰਤ ਦੇ ਰੰਗ ਦਾ ਸੰਬੰਧ ਹੈ, ਮੈਂ ਹਰ ਰੰਗ ਵਿੱਚ ਰੰਗੀ ਔਰਤ, ਮੁਹੱਬਤ ਕਰਨ ਵਾਲੀ ਔਰਤ ਮੇਰਾ ਵਿਸ਼ਾ, ਮੈਂ ਜਿਹੇ ਸਵੈ ਮਾਣ 'ਤੇ ਆਧਾਰਿਤ ਹੈ, ਜਿਸ ਕਾਰਨ ਔਰਤ ਦੇ ਸਵੈ ਮਾਣ ਨਾਲ ਜੁੜਿਆ ਹਰ ਰੰਗ ਹੀ ਮੇਰਾ ਹੈ। ਮੇਰੇ ਨਾਂ ਨਾਲ ਜਿਹੜਾ ਕੋਹਜ ਜੁੜਿਆ ਹੈ ਜਾਂ ਜੋ ਕੁਪੋਸ਼ਣ ਜੁੜਿਆ ਹੈ, ਮੈਂ ਉਹਨੂੰ ਦੇਖ ਕੇ ਉਦਾਸ ਹੋ ਜਾਂਦੀ ਹਾਂ ਅਤੇ ਅੱਥਰੂ ਅੱਥਰੂ ਵੀ ਹੁੰਦੀ ਹਾਂ। ਖੈਰ, ਅੱਜ ਆਪਾਂ ਰੰਗਾਂ ਦੀ ਗੱਲ ਕਰਨੀ ਹੈ। ਮੈਂ ਉਹਨਾਂ ਰੰਗਾਂ ਦੀ ਗੱਲ ਹਰਗਿਜ਼ ਨਹੀਂ ਕਰਾਂਗੀ ਜਿਹੜੇ ਮੇਰੇ ਵਰਗ ਦੇ ਉੱਪਰਲੀ ਜਿਹੜੀ ਲਿਪਾ ਪੋਚੀ ਨਾਲ ਸੰਬੰਧਿਤ ਨੇ। ਮੇਰਾ ਭਾਵ ਜਿਹੜਾ ਵਪਾਰੀ ਮਨੁੱਖ ਹੈ ਮੇਰੇ ਲਈ ਸੁੰਦਰਤਾ ਦੇ ਮੁਕਾਬਲੇ ਕਰਵਾਉਂਦਾ, ਅਤੇ ਜਾਂ ਫਿਰ ਉਹ ਸੁੰਦਰਤਾ ਦੀ ਇਹੋ ਜਿਹੀਆਂ ਬੀਜ ਬੀਜਦਾ, ਇਹੋ ਜਿਹੇ ਜਿਹੜੇ ਮੁਕਾਬਲੇ ਸਿਰਜਦਾ, ਮੈਨੂੰ ਵਿਸ਼ਵ ਸੁੰਦਰੀ ਦਾ ਖਿਤਾਬ ਦਿੱਤਾ ਜਾਂਦਾ।
ਇਹ ਸਾਰੇ ਨਾ ਬਰਾਬਰੀ ਦੇ ਕਾਰਨ ਹੁੰਦੇ ਨੇ ਅਤੇ ਉਹ ਨਾਲ ਦੀ ਨਾਲ ਕਿਸੇ ਕੱਚੇ ਰੰਗਾਂ ਦੀ ਵੀ ਸਿਰਜਣਾ ਕਰਦਾ ਜਿਵੇਂ ਮਸਲਨ ਜਿਹੜੇ ਪਾਰਲਰ ਨੇ ਅੱਜ ਸਾਡੀ ਦੇਹੜੀ ਤੱਕ ਆ ਗਏ ਨੇ ਮੇ ਅੱਜ ਆਪਾਂ ਗੱਲ ਸਿਰਫ ਰੰਗ ਰੱਤੇ ਦੀ ਹੀ ਕਰਾਂਗੇ ਉਹ ਰੰਗ ਰੱਤੇ ਜਿਹਦੇ ਵਿੱਚ ਬਹੁਤ ਸਾਰੀਆਂ ਮਨੁੱਖੀ ਨਾਇਕਾਵਾਂ ਦੇ ਤੌਰ 'ਤੇ ਸਾਡੇ ਕਥਾ ਕਹਾਣੀਆਂ ਨੇ ਉਹ ਕਥਾ ਕਹਾਣੀਆਂ ਤੁਸੀਂ ਪੜ੍ਹੀਆਂ ਵੀ ਹੋਣੀਆਂ ਨੇ ਜਿਉਈਆਂ ਵੀ ਹੋਣੀਆਂ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੱਕ ਮੈਨੂੰ ਇਹ ਲੱਗਦਾ ਕਿਤਾਬ ਹੈ ਬਹੁਤ ਸਾਰੇ ਮੇਰੇ ਦੋਸਤਾਂ ਨੇ ਪੜ੍ਹੀ ਹੈ ਅਤੇ ਜਿਨ੍ਹਾਂ ਨੇ ਪੜ੍ਹੀ ਨਹੀਂ ਉਹਨਾਂ ਦੀ ਪੜ੍ਹਨੀ ਬਣਦੀ ਵੀ ਹੈ ਮੋਇਆਂ ਦੇ ਖੱਤ ਇਸ ਕਿਤਾਬ ਨੂੰ ਜ਼ਰੂਰ ਪੜ੍ਹ ਲਿਓ ਜਿਸ ਵਿੱਚ ਇਸ ਧਰਤੀ ਦੀ ਖੂਬਸੂਰਤੀ ਨੂੰ ਮੁਹੱਬਤ ਕਰਨ ਵਾਲੀਆਂ ਜਿਹੜੀਆਂ ਸਾਡੀਆਂ ਜਵਾਨ ਕੁੜੀਆਂ ਸੀ ਉਹਨਾਂ ਨੇ ਮੌਤ ਦੀ ਅੱਖ ਵਿੱਚ ਅੱਖ ਪਾਈ ਹੈ ਮੇਰਾ ਉਹ ਰੰਗ ਵੀ ਹੈ ਮੇਰਾ ਉਹ ਰੂਪ ਵੀ ਹੈ ਉਹਨਾਂ ਸੂਰਵੀਰ ਕੁੜੀਆਂ ਦੇ ਵਿੱਚੋਂ ਇੱਕ ਕੁੜੀ ਮੈਨੂੰ ਯਾਦ ਆਉਂਦੀ ਹੈ ਵਾਨੀਆ ਜਿਹੜੀ ਫਾਹੇ ਲੱਗਣ ਤੋਂ ਪਹਿਲਾਂ ਨਾਜ਼ੀਆਂ ਦੇ ਮੂੰਹ 'ਤੇ ਥੁੱਕਦੀ ਹੈ ਮੇਰਾ ਉਹ ਰੂਪ ਵੀ ਹੈ ਉਸ ਤੋਂ ਇਲਾਵਾ ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲੀ ਖੂਬਸੂਰਤ ਕੁੜੀ ਐਨੀ ਫਰੈਂਕ ਦੀ ਡਾਇਰੀ ਤੁਸੀਂ ਜ਼ਰੂਰ ਪੜ੍ਹੀ ਹੋਣੀ ਹੈ ਜਾਂ ਫਿਰ ਐਨੀ ਫਰੈਂਕ ਦੀ ਡਾਇਰੀ ਨਾਲ ਸੰਬੰਧਿਤ ਫਿਲਮ ਤੁਸੀਂ ਜ਼ਰੂਰ ਦੇਖੀ ਹੋਣੀ ਹੈ ਜਿਹੜਾ ਤਸੀਹਾ ਭਰਿਆ ਜਿਹੜਾ ਤਸੀਹੇ ਜਿੱਥੇ ਦਿੱਤੇ ਜਾਂਦੇ ਨੇ ਉਸ ਤਸੀਹਾਂ ਦੇ ਵਿੱਚੋਂ ਮੇਰਾ ਇੱਕ ਰੂਪ ਤੁਸੀਂ ਜ਼ਰੂਰ ਦੇਖਿਆ ਹੋਣਾ ਜਿੱਥੇ ਮੈਂ ਮਨੁੱਖਤਾ ਦੇ ਚਿਹਰੇ ਨੂੰ ਆਪਣੇ ਰੂਪ ਨਾਲ ਲੇਪ ਕੀਤਾ ਮੈਂ ਇਸ ਰੰਗ ਵਿੱਚ ਵੀ ਰੰਗੀ ਹੋਈ ਹਾਂ ਮੈਂ ਬਹੁਤ ਸਾਰੇ ਯੋਧਿਆਂ ਨੂੰ ਨਾਇਕਾਂ ਨੂੰ ਅਤੇ ਸੂਰਬੀਰਾਂ ਗੁਰੂਆਂ ਪੀਰਾਂ ਫਕੀਰਾਂ ਨੂੰ ਵੀ ਜਨਮ ਦਿੱਤਾ ਮੇਰਾ ਇੱਕ ਉਹ ਰੂਪ ਵੀ ਹੈ ਮੈਂ ਰਾਣੀ ਝਾਂਸੀ ਵੀ ਹੁੰਦੀ ਹਾਂ ਅਤੇ ਮੈਂ ਮਦਰ ਟਰੇਸਾ ਵੀ ਹੁੰਦੀ ਹਾਂ ਮੈਂ ਦਾਦੀ ਦੇ ਰੂਪ ਵਿੱਚ ਮਾਤਾ ਗੁਜਰੀ ਵੀ ਹੁੰਦੀ ਹਾਂ ਮਾਈ ਭਾਗੋ ਵੀ ਹੁੰਦੀ ਹਾਂ ਅਤੇ ਮੈਂ ਗਦਰ ਲਹਿਰ ਦੀ ਬੀਬੀ ਗੁਲਾਬ ਕੌਰ ਵੀ ਹੁੰਦੀ ਹਾਂ ਅਤੇ ਇੱਥੋਂ ਤੱਕ ਕਿ ਆਜ਼ਾਦੀ ਅੰਦੋਲਨ ਵਿੱਚ ਲੜੀ ਦੁਰਗਾ ਭਾਬੀ ਵੀ ਹੁੰਦੀ ਹਾਂ ਮੈਨੂੰ ਇਹ ਲੱਗਦਾ ਕਿ ਦੁਨੀਆ ਭਰ ਦੇ ਇਤਿਹਾਸ ਵਿੱਚ ਜਿੱਥੇ ਵੀ ਨਿਆਂ ਲਈ ਜੱਦੋ ਜਹਿਦ ਹੋਈ ਹੈ ਅਤੇ ਮੈਂ ਆਪਣਾ ਜ਼ਿਕਰਯੋਗ ਥਾਂ ਜ਼ਰੂਰ ਪ੍ਰਾਪਤ ਕੀਤਾ ਜਦੋਂ ਮੈਂ ਅਰਸ਼ ਨੂੰ ਮਾਪਣ ਦੀ ਗੱਲ ਕਰਦੀ ਹਾਂ ਜਾਂ ਧਰਤੀ ਤੋਂ ਉਡਾਰੀਆਂ ਭਰਨ ਦੀ ਗੱਲ ਕਰਦੀ ਹਾਂ ਅਤੇ ਉਦੋਂ ਮੈਂ ਕਲਪਨਾ ਚਾਵਲਾ ਦੇ ਰੂਪ ਵਿੱਚ ਵੀ ਰੱਤੀ ਜਾਂਦੀ ਹਾਂ ਸੁਨੀਤਾ ਵਿਲੀਅਮ ਵੀ ਹੁੰਦੀ ਹਾਂ 1947 ਦੇ ਵਿੱਚ ਜੇ ਔਰਤਾਂ ਨੇ ਇੰਨਾ ਤਸ਼ੱਦਦ ਸਹਿਆ ਔਰਤਾਂ ਜਿਹੜੀਆਂ ਸੀ ਉਹਨਾਂ ਦਾ ਆਪਣੀ ਤਾਂ ਬੇਪਤੀ ਹੋਈ ਉਹ ਵਿਧਵਾ ਹੋਈਆਂ ਉਹਨਾਂ ਦੇ ਵੀਰ ਚਲੇ ਗਏ ਵੰਡ ਹੋਈ ਉਹਨਾਂ ਨੇ ਦਰਦ ਹੰਢਾਇਆ ਅਤੇ ਉਸ ਵੰਡ ਲਈ ਜੇ ਵਾਰਸ ਸ਼ਾਹ ਨੂੰ ਕਿਸੇ ਨੇ ਹਾਕ ਮਾਰੀ ਹੈ ਅੰਮ੍ਰਿਤਾ ਪ੍ਰੀਤਮ ਉਹ ਰੂਪ ਵੀ ਮੇਰੇ ਬੰਗਲਾਦੇਸ਼ ਦੇ ਵਿੱਚ ਤਸਲੀਮਾ ਨਸਰੀਨ ਹੁੰਦੀ ਹੈ ਜਿਹੜੀ ਅਤੇ ਬਗਾਵਤ ਦਾ ਇਲਜ਼ਾਮ ਲਾ ਕੇ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਜਿਹੜੀ ਮਲਾਲਾ ਜੂਜਫੀ ਆ 11 ਸਾਲ ਦੀ ਬੇਟੀ ਜਿਹਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਉਹ ਗੋਲੀਆਂ ਦਾ ਸ਼ਿਕਾਰ ਹੋਈ ਉਸ ਤੋਂ ਬਾਅਦ ਉਹ ਸ਼ਾਂਤੀ ਦੀ ਪ੍ਰਤੀਕ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਈ ਇੱਕ ਰੂਪ ਮੇਰਾ ਇਹ ਵੀ ਹੈ ਸੋ ਪਿਆਰੇ ਦੋਸਤੋ ਮੈਂ ਮਾਣ ਵੀ ਮਹਿਸੂਸ ਕਰਦੀ ਹਾਂ ਅਤੇ ਖੁਸ਼ੀ ਵੀ ਮਹਿਸੂਸ ਕਰਦੀ ਹਾਂ ਕਿ ਮੈਂ ਇੱਕ ਇਹੋ ਜਿਹੀ ਔਰਤ ਹਾਂ ਜਿਹੜੀ ਬਹੁਤ ਰੰਗਾਂ ਦੇ ਵਿੱਚ ਰੰਗੀ ਹੋਈ ਹਾਂ ਅਤੇ ਅੱਜ ਮੈਰੀ ਕਿਊਰੋ ਤੋਂ ਲੈ ਕੇ ਜੇ ਆਪਾਂ ਦੇਖੀਏ ਵੀ ਕਰੋਨਾ ਲਈ ਜਿਹੜੀ ਵੈਕਸੀਨ ਤਿਆਰ ਹੋ ਰਹੀ ਹੈ ਉਹਦੀ ਖੋਜ ਨਾਲ ਜੁੜੀ ਮੇਰੇ ਦਿਮਾਗ 'ਚ ਆ ਰਹੀ ਹੈ ਗਗਨਦੀਪ ਕੌਰ ਕੰਗ ਤੱਕ ਦਾ ਸਫ਼ਰ ਇਹ ਰੂਪ ਵੀ ਮੇਰਾ ਹੈ ਸੋ ਦੋਸਤੋ ਇੱਕ ਜਿਹੜੀ ਔਰਤ ਹੈ ਭਾਵੇਂ ਅੱਜ ਵਿਕਾਸ ਦੀ ਦੁਨੀਆ ਕਰਕੇ ਇੱਥੋਂ ਤੱਕ ਪਹੁੰਚ ਚੁੱਕੀ ਹੈ ਪਰ ਫਿਰ ਵੀ ਮੈਂ ਇਹ ਕਹੂੰਗੀ ਕਿ ਇਹ ਤਾਂ ਮੈਂ ਉਹਨਾਂ ਨਾਇਕਾਵਾਂ ਦੀ ਗੱਲ ਕਰੀ ਹੈ
ਜਿਹੜੀਆਂ ਇਤਿਹਾਸ ਵਿੱਚ ਸਾਡੇ ਦਰਜ ਨੇ ਜਾਂ ਜਿਨ੍ਹਾਂ ਨੂੰ ਅਸੀਂ ਪੜ੍ਹਿਆ। ਇਹ ਪਹਿਲਾਂ ਵੀ ਮੈਂ ਇੱਕ ਵਕਤਾਂ ਦੀ ਗੱਲ ਸੁਣੀ ਹੈ ਵੀ ਜਿਹੜਾ ਬਹੁਤ ਸਾਰਾ ਇਤਿਹਾਸ ਹੈ ਉਹ ਔਰਤਾਂ ਦਾ ਸਾਡੇ ਸਾਹਮਣੇ ਨਹੀਂ ਆਇਆ ਅਤੇ ਕੁਛ ਕੁ ਔਰਤਾਂ ਨੇ, ਪਰ ਫਿਰ ਵੀ ਸਾਨੂੰ ਮਾਣ ਮਹਿਸੂਸ ਹੁੰਦਾ। ਅਸੀਂ ਆਸ ਕਰਾਂਗੇ ਕਿ ਉਹਨਾਂ ਦਾ ਇਤਿਹਾਸ ਵੀ ਸਾਡੇ ਹੱਥਾਂ ਵਿੱਚ ਆਵੇ। ਪਰ ਜਿਹੜੀਆਂ ਸਾਡੀਆਂ ਦਲਿਤ ਔਰਤਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰਾਂ ਦੇ ਵਿੱਚ ਭੁੱਖੇ ਢਿੱਡ ਆਪਣੇ ਬੱਚਿਆਂ ਨੂੰ ਪਾਲਦੀਆਂ ਹੋਈਆਂ ਜਦੋਂ ਘਰ ਤੋਂ ਬਾਹਰ ਨਿਕਲਦੀਆਂ, ਉਹਨਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਜਾਂ ਫਿਰ ਸੜਕ 'ਤੇ ਰੋੜੀ ਕੁੱਟਣ ਵਾਲੀਆਂ ਔਰਤਾਂ, ਮੈਂ ਉਹ ਰੰਗ ਵੀ ਮੇਰਾ ਤੁਸੀਂ ਦੇਖ ਸਕਦੇ ਹੋ। ਬੇਸ਼ੱਕ ਅੱਜ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਔਰਤ ਨੇ ਬਹੁਤ ਤਰੱਕੀ ਕਰ ਲਈ ਹੈ। ਮੇਰਾ ਉਹਨਾਂ ਔਰਤਾਂ ਨਾਲ ਵੀ ਵਾਹ ਪਿਆ ਜਿਹੜੀਆਂ ਔਰਤਾਂ ਪੜ੍ਹੀਆਂ ਲਿਖੀਆਂ ਨੇ, ਘਰ ਤੋਂ ਬਾਹਰ ਜ਼ਰੂਰ ਜਾਂਦੀਆਂ ਨੇ, ਪਰ ਉਹਨਾਂ ਦੀ ਹੋਣੀ ਇਹ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਅਜੇ ਨਹੀਂ ਜਿਉ ਰਹੀਆਂ। ਇਹ ਸਾਡੇ ਜਿਹੜਾ ਸਿਸਟਮ ਦੀ ਦੇਣ ਹੈ। ਘਰ ਦੀ ਜਿਹੜੀ ਪੜ੍ਹੀ ਲਿਖੀ ਔਰਤ ਹੈ, ਜਦੋਂ ਉਹ ਆਪਣੇ ਦਫ਼ਤਰ ਵਿੱਚ ਜਾਂਦੀ ਹੈ ਤਾਂ ਦਫ਼ਤਰ ਵਿੱਚ ਜੋ ਕੁਝ ਸੁਣਿਆ ਜਾਂਦਾ ਅਤੇ ਜਾਂ ਫਿਰ ਦਫ਼ਤਰ ਤੋਂ ਬਾਅਦ ਜੋ ਉਹਦੀ ਕਮਾਈ ਹੁੰਦੀ ਹੈ ਉਹਦੇ 'ਤੇ ਆਪਣਾ ਪੂਰਾ ਹੱਕ ਨਹੀਂ ਹੁੰਦਾ। ਉਹ ਆਪਣੇ ਬੱਚਿਆਂ 'ਤੇ ਜਾਂ ਬੱਚਿਆਂ 'ਤੇ ਵੀ ਆਪਣੇ ਜਿਹੜੀ ਹਸਬੈਂਡ ਹੈ ਉਹਦੀ ਮਰਜ਼ੀ ਨਾਲ ਹੀ ਖਰਚ ਕਰ ਪਾਉਂਦੀ ਹੈ। ਇਹ ਰੂਪ ਵੀ ਹੈ ਔਰਤ ਦਾ। ਜਦੋਂ ਉਹ ਔਰਤ ਬਗਾਵਤ ਕਰਦੀ ਹੈ ਜਾਂ ਆਪਣੀ ਗੱਲ ਕਰਨ ਦਾ ਉਹਨੂੰ ਲੱਗਦਾ ਕਿ ਮੈਂ ਆਪਣੀ ਗੱਲ ਕਰਾਂ, ਮੇਰੀ ਇਹ ਜ਼ਮੀਰ ਦੇ ਉਲਟ ਹੈ, ਉਦੋਂ ਕੀ ਹੁੰਦਾ ਕਿ ਉਹ ਬਾਗੀ ਕਰਾਰ ਦਿੱਤੀ ਜਾਂਦੀ ਹੈ ਜਾਂ ਉਹਦੇ 'ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਨੇ, ਉਹ ਤੁਸੀਂ ਸਾਰੇ ਭਲੀ ਭਾਂਤ ਜਾਣੋ। ਮੈਨੂੰ ਇਹ ਲੱਗਦਾ ਕਿ ਮੈਂ ਇਹ ਜਿਹੜਾ ਦਰਦ ਹੈ ਇਹ ਮਹਿਸੂਸ ਕਰ ਸਕਦੀ ਹਾਂ। ਮੈਂ ਆਪਣੀ ਗੱਲ ਲੈਣੀ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਘਟੀ ਕਿ ਇੱਕ ਮਰਦ, ਉਹਦਾ ਕੋਈ ਹੋਰ ਮਸਲਾ ਹੋਣ ਦੇ ਬਾਵਜੂਦ ਵੀ ਨਿਰਵਸਤਰ ਹੋ ਕੇ ਸਾਰੇ ਚਮਕੌਰ ਦਾ ਚੱਕਰ ਕੱਢਦਾ। ਅਤੇ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਆਉਣ ਵਾਲਾ ਇਤਿਹਾਸ ਸਾਡੇ 'ਤੇ ਉਂਗਲ ਕਰੂਗਾ ਕਿ ਤੁਸੀਂ ਔਰਤਾਂ ਉਦੋਂ ਕਿੱਥੇ ਸੀ ਜਦੋਂ ਅਸੀਂ ਉਸ ਦਾ ਵਿਰੋਧ ਕੀਤਾ, ਤਾਂ ਉਸ ਦੇ ਬਦਲੇ ਵਿੱਚ ਉਸ ਇਨਸਾਨ ਨੇ ਲਾਈਵ ਹੋ ਕੇ ਮੇਰੇ ਆਪਣੇ 'ਤੇ ਵੀ ਬੜੀ ਦੂਸ਼ਣਬਾਜ਼ੀ ਕੀਤੀ ਕਿ ਔਰਤ ਦੋ ਦੋ ਮਹੀਨੇ ਜੇ ਇਹ ਘਰ ਤੋਂ ਬਾਹਰ ਰਹਿੰਦੀ ਹੈ ਤਾਂ ਹੋ ਸਕਦਾ ਕਿ ਇਹਦਾ ਮਤਲਬ ਇਨਡਾਇਰੈਕਟਲੀ ਚਾਲ ਚੱਲਣ 'ਤੇ ਸ਼ੱਕ ਕੀਤਾ ਜਾਂਦਾ। ਜਦੋਂ ਕਿ ਅਸੀਂ ਜਦੋਂ ਉਹਨੂੰ ਘੇਰਾ ਪਾਇਆ ਤਾਂ ਉਹ ਫਿਰ ਮਾਫ਼ੀ ਵੀ ਮੰਗ ਗਿਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਆਪਣੇ ਬਾਰੇ ਤਾਂ ਉਦਾਹਰਨ ਦਿੱਤੀ ਹੈ ਕਿ ਇੱਕ ਸੂਝਵਾਨ ਔਰਤਾਂ ਦਾ ਵੀ ਇਸ ਧਰਤੀ 'ਤੇ ਇਹ ਹਾਲ ਹੈ। ਮੈਂ ਆਪਣੀ ਜ਼ਿੰਦਗੀ ਬਾਰੇ ਦੱਸਦੀ ਹਾਂ ਕਿ ਔਰਤ ਦੀ ਜਿਹੜੀ ਸਟਰਗਲ ਹੈ ਉਹ ਕਿਵੇਂ ਸ਼ੁਰੂ ਹੁੰਦੀ ਹੈ। ਮੈਂ ਆਪਣਾ ਇਹ ਰੂਪ ਦੱਸਦੀ ਹਾਂ ਕਿ ਮੈਂ ਇਸ ਰੰਗ ਵਿੱਚ ਕਿਵੇਂ ਰੱਤੀ ਹਾਂ। ਜਦੋਂ ਮੈਂ ਪੜ੍ਹਦੀ ਸੀ ਤਾਂ ਇੱਕ ਕਿਸਾਨੀ ਪਰਿਵਾਰ ਦੇ ਘਰ ਮੇਰਾ ਜਨਮ ਹੋਇਆ ਤਾਂ ਮੈਨੂੰ ਇਹ ਲੱਗਦਾ ਕਿ ਉਹ ਸਾਹਿਤਕਾਰ ਔਰਤਾਂ ਦੀ ਬਦੌਲਤ ਜਾਂ ਉਹ ਸਾਹਿਤਕਾਰ ਮੇਰੇ ਭੈਣ ਭਰਾਵਾਂ ਦੀ ਜਾਂ ਮੇਰੇ ਜਿਹੜੇ ਮਾਡਲ ਹੋਏ ਨੇ ਗੁਰਸ਼ਰਨ ਭਾਅ ਜੀ, ਉਹਨਾਂ ਦੀ ਬਦੌਲਤ ਉਹਨਾਂ ਦੀਆਂ ਕਿਤਾਬਾਂ ਪੜ੍ਹਦੀ ਰਹੀ। ਤਾਂ ਜਦੋਂ ਮੈਨੂੰ ਵੀ ਇਹ ਕਿਹਾ ਗਿਆ ਕਿ ਔਰਤਾਂ ਘਰ ਤੋਂ ਬਾਹਰ ਨਹੀਂ ਜਾਂਦੀਆਂ, ਕੁੜੀਆਂ ਨੂੰ ਇੰਨਾ ਕੀ ਪੜ੍ਹਾਈ ਹੋਣੀ ਚਾਹੀਦੀ ਹੈ, ਤਾਂ ਜਿਹੜਾ PSU ਦਾ ਮੋੜ ਸੀ ਉਹਨੇ ਮੈਨੂੰ ਇਹ ਆਪਣੀ ਜ਼ਿੰਦਗੀ ਜਿਉਣਾ ਸਿਖਾਈ। ਭਾਅ ਜੀ ਦੇ ਨਾਟਕ ਦੇਖਦੀ ਰਹੀ, ਭਾਅ ਜੀ ਦੇ ਨਾਟਕ ਦੇਖਦੀ ਦੇਖਦੀ ਮੈਨੂੰ ਆਪਣੀ ਹੋਂਦ ਪਛਾਣਨ ਦਾ ਮੌਕਾ ਮਿਲਿਆ। ਇੱਥੋਂ ਤੱਕ ਕਿ ਮੈਨੂੰ ਇਹ ਯਾਦ ਹੈ ਕਿ ਇੱਕ ਵਾਰੀ ਜਦੋਂ ਘਰ ਦੇ ਵਿੱਚ ਇਹ ਆਵਾਜ਼ ਮਾਰੀ ਜਾਂਦੀ ਹੈ ਕਿ ਇਹ ਕੁੜੀਏ, ਸ਼ਾਇਦ ਮੈਂ ਉਦੋਂ ਖੜੀ ਹੋਈ ਕਿ ਮੇਰਾ ਵੀ ਕੋਈ ਨਾਂ ਹੈ। ਔਰਤ ਦਾ ਇਹ ਰੂਪ ਕਦੋਂ ਹੁੰਦਾ ਹੈ? ਜਦੋਂ ਉਹ ਕੁਛ ਮਾੜਾ ਮੋਟਾ ਸਾਹਿਤ ਨਾਲ ਜੁੜਦੀ ਹੈ ਜਾਂ ਚੰਗੇ ਲੋਕਾਂ ਦੇ ਵੱਸ ਵਿੱਚ ਆਉਂਦੀ ਹੈ ਜਾਂ ਉਹਨੂੰ ਕੁਛ ਮੌਕੇ ਮਿਲਦੇ ਨੇ। ਮੈਨੂੰ ਇਹ ਮੌਕਾ ਮੇਰੇ ਕਾਲਜ ਟਾਈਮ ਮਿਲਿਆ। ਉਸ ਤੋਂ ਬਾਅਦ ਪੜ੍ਹਾਈ ਲਿਖਾਈ ਤੋਂ ਬਾਅਦ ਟ੍ਰੇਨਿੰਗ ਦਾ ਮੁੱਦਾ ਆਇਆ, ਉਹ ਬੰਦ ਹੋ ਗਿਆ, ਪਰ ਫਿਰ ਸਟਰਗਲ ਕੀਤੀ ਕਿਉਂਕਿ ਇਹ ਸੀਗਾ ਕਿ ਵਿਆਹ ਕਰ ਦਿਓ, ਕੁੜੀ ਆਪਣੇ ਘਰ ਚਲੀ ਜਾ। ਉਸ ਤੋਂ ਬਾਅਦ ਇਹ ਸਟਰਗਲ ਸ਼ੁਰੂ ਹੋਈ ਕਿ ਮੈਨੂੰ ਪੜ੍ਹਨ ਦਾ ਹੱਕ ਹੈ, ਮੇਰਾ ਇਹ ਰਾਈਟ ਹੈ। ਅਤੇ ਪੜ੍ਹਾਈ ਲਿਖਾਈ ਕੀਤੀ ਤਾਂ ਅੱਗੇ ਕਹਾਣੀ ਆਉਂਦੀ ਹੈ ਆਪਣਾ ਸਾਥੀ ਦੀ ਚੋਣ ਲਈ ਕਿ ਮੇਰਾ ਇਹ ਸੀ ਕਿ ਮੈਂ ਇੱਕ ਅਜਿਹੇ ਮੇਰਾ ਸਾਥੀ ਹੋਵੇ ਜਿਹੜਾ ਮੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਵੇ। ਜਾਂ ਜਦੋਂ ਮੈਂ ਨਾਟਕ ਕਰਨੇ ਸ਼ੁਰੂ ਕੀਤੇ ਤਾਂ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਇਹ ਕੋਈ ਮੇਰੇ 'ਤੇ ਬੰਦਿਸ਼ ਨਾ ਹੋਵੇ, ਇਹ ਮੇਰੀ ਸ਼ਰਤ ਸੀ। ਹਾਂ, ਇਹ ਠੀਕ ਹੈ ਕਿ ਜਦੋਂ ਬੰਦੇ ਦੀ ਫੈਮਿਲੀ ਹੁੰਦੀ ਹੈ ਉਹ ਆਪਣੀ ਫੈਮਿਲੀ ਦਾ ਵੀ ਖਿਆਲ ਰੱਖਦਾ, ਪਰ ਇੱਕ ਬੰਦਿਸ਼ ਹੋਣੀ ਬਰਾਬਰ ਦੇ ਸਾਥੀ ਦੀ ਇਹ ਬਹੁਤ ਔਖੀ ਲੱਗਦੀ ਹੈ। ਉਸ ਤੋਂ ਬਾਅਦ ਇਹ ਸਾਰਾ ਕੁਛ ਜਦੋਂ ਤੈਅ ਹੋਇਆ ਤਾਂ 1983 ਦੇ ਵਿੱਚ ਮੇਰੀ ਮੈਰਿਜ ਇਹਨਾਂ ਸ਼ਰਤਾਂ ਦੇ ਆਧਾਰ 'ਤੇ ਜਦੋਂ ਹੁੰਦੀ ਹੈ। 17 ਜੁਲਾਈ ਨੂੰ ਸਾਡਾ ਵਿਆਹ ਸੀ। ਸਰਦਾਰ ਸਵਰਨ ਸਿੰਘ ਭੰਗੂ ਜਿਨ੍ਹਾਂ ਨਾਲ ਮੇਰੀ ਸ਼ਾਦੀ ਹੋਈ
ਅਤੇ 18 ਜੁਲਾਈ ਨੂੰ ਪ੍ਰਿਥੀਪਾਲ ਦਾ ਜਿਹੜਾ ਸੀਗਾ ਮੋਗੇ ਪਹੁੰਚਣਾ ਸੀ ਅਤੇ ਮੈਨੂੰ ਇਹ ਲੱਗਿਆ ਕਿ ਕੱਲ੍ਹ ਵਿਆਹ ਹੋਇਆ ਅਤੇ ਇਹ ਗੱਲ ਕਿਵੇਂ ਕੀਤੀ ਜਾਵੇ ਅਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਸਵੇਰੇ ਉੱਠ ਕੇ ਸਰ ਨੇ ਕਿਹਾ ਕਿ ਗੁਰਪ੍ਰੀਤ ਅੱਜ ਆਪਾਂ ਮੋਗੇ ਜਾਣਾ ਅਤੇ ਮੈਂ ਬੜੀ ਹਿਚਕਚਾ ਤਾਂ ਰਹੀ ਸੀ ਪਰ ਫਿਰ ਜਦੋਂ ਮੈਂ ਇਹ ਗੱਲ ਕੀਤੀ ਕਿ ਮੇਰੇ ਮੈਨੂੰ ਇਹ ਲੱਗਿਆ ਕਿ ਅੱਜ ਹੀ ਜੇ ਮੈਂ ਆਪਣੇ ਵਿਚਾਰਾਂ ਦੀ ਸਾਂਝ ਸਾਰੇ ਪਰਿਵਾਰ 'ਚ ਰੱਖੂੰਗੀ ਵੈਸੇ ਤਾਂ ਪਰਿਵਾਰ ਨੂੰ ਇੰਨਾ ਕੁ ਤਾਂ ਪਤਾ ਹੀ ਸੀ ਕਿ ਜੇ ਸਵਰਨ ਅਤੇ ਗੁਰਪ੍ਰੀਤ ਦੀ ਸ਼ਾਦੀ ਹੋਈ ਹੈ ਕਿਸੇ ਵਿਚਾਰਾਂ ਦੇ ਆਧਾਰ 'ਤੇ ਹੋਈ ਹੈ ਪਰ ਇੱਕ ਵਾਰੀ ਉਹਨਾਂ ਨੂੰ ਐਂ ਤਾਂ ਲੱਗਦਾ ਸੀ ਕਿ ਵੀ ਅੱਜ ਇਹ ਨਾ ਜਾਣ ਕਿਉਂਕਿ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਜਾਂ ਘਰ 'ਚ ਪਰ ਸਾਡੇ ਲਈ ਉਹ ਇੱਕ ਨੰਬਰ 'ਤੇ ਸੀ ਅਤੇ ਅਗਲੇ ਦਿਨ ਅਸੀਂ ਤਿਆਰ ਹੋਏ ਅਤੇ ਮੋਗੇ ਪਹੁੰਚ ਗਏ ਅਤੇ ਮੈਨੂੰ ਇਹ ਸਵਰਨ 'ਤੇ ਮਾਣ ਵੀ ਹੈ ਅਤੇ ਮੈਨੂੰ ਆਪਣੇ ਆਪ 'ਤੇ ਵੀ ਮਾਣ ਹੋਇਆ ਕਿ ਉਸ ਦਿਨ ਅਸੀਂ ਉਹ ਜਿਹੜਾ ਸਮਾਗਮ ਸੀ ਉਹ ਅਟੈਂਡ ਕਰ ਸਕੇ ਤਾਂ ਮੈਂ ਇਹ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਰੰਗ ਵਿੱਚ ਰੰਗੀ ਗਈ ਜਿਹੜੀ ਕਿ ਮੇਰੇ ਸਾਥੀ ਨੇ ਮੇਰੀ ਹਰ ਰੰਗ ਹੈ ਜਿਹੜੀ ਉਹ ਮੈਨੂੰ ਮਹਿਸੂਸ ਕੀਤਾ ਹਰ ਰੰਗ ਵਿੱਚ ਮੈਨੂੰ ਪ੍ਰਵਾਨ ਕੀਤਾ ਅਤੇ ਮੈਂ ਥੀਏਟਰ ਖੁੱਲ੍ਹ ਕੇ ਕੀਤਾ ਗੁਰਸ਼ਰਨ ਭਾਅ ਜੀ ਦੀ ਰਹਿਨਮਾਈ ਹੇਠ ਵੀ ਅਤੇ ਬਹੁਤ ਸਾਰੇ ਜਿਹੜੇ ਸਾਡੀਆਂ ਨਾਟਕ ਟੀਮਾਂ ਨੇ ਉਹਨਾਂ ਨਾਲ ਮੈਨੂੰ ਜੁੜਨ ਦਾ ਮੌਕਾ ਮਿਲਿਆ ਇੱਥੋਂ ਤੱਕ ਕਿ ਆਰਟ ਸੈਂਟਰ ਸਮਰਾਲਾ ਨਾਲ ਮੁੱਲਾਪੁਰ ਦੀ ਟੀਮ ਨਾਲ ਅਨੀਤਾ ਸ਼ਬਦੀ ਸੁਚੇਤਕ ਰੰਗ ਮੰਚ ਨਾਲ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਭਾਅ ਜੀ ਦੀ ਟੀਮ ਭਾਅ ਜੀ ਨਾਲ ਵੀ ਕੁਛ ਕੰਮ ਕਰਨ ਦਾ ਮੌਕਾ ਮਿਲਿਆ ਇਸ ਗੱਲ ਲਈ ਮਾਣ ਹੈ ਕਿਉਂਕਿ ਭਾਅ ਜੀ ਤੋਂ ਬਹੁਤ ਕੁਛ ਸਿੱਖਿਆ ਅਤੇ ਔਰਖ ਸਾਹਿਬ ਨੂੰ ਪੜ੍ਹਨ ਦਾ ਮੌਕਾ ਮਿਲਿਆ ਅਤੇ ਪਾਲੀ ਦੇ ਨਾਟਕ ਨੇ ਮੈਨੂੰ ਉਹਨੇ ਵੀ ਬਹੁਤ ਪ੍ਰਭਾਵਿਤ ਕੀਤਾ ਜਦੋਂ ਮੈਂ ਸਿਰਫ ਇੱਕ ਔਰਤ ਹੁੰਦੀ ਹਾਂ ਔਰਤ ਦੇ ਰੰਗ ਆਪਣੇ ਵੀ ਹੁੰਦੇ ਨੇ ਅਤੇ ਔਰਤ ਦਾ ਰੰਗ ਉਹਨੂੰ ਸਮਾਜ ਵੀ ਚੜ੍ਹਾਉਂਦਾ ਹੈ ਜਦੋਂ ਕੋਈ ਔਰਤ ਨੂੰ ਸਵੀਕਾਰ ਕਰ ਲੈਂਦਾ ਤਾਂ ਉਹਦਾ ਰੰਗ ਬਹੁਤ ਸਾਰੇ ਜਿਹੜੇ ਉਹਦੇ ਰੰਗ ਹੈ ਉਹ ਸਾਹਮਣੇ ਆ ਜਾਂਦੇ ਹੈ ਅਤੇ ਜਦੋਂ ਔਰਤ ਨੂੰ ਦਬਾ ਦਿੱਤਾ ਜਾਂਦਾ ਤਾਂ ਉਹੀ ਔਰਤ ਨੂੰ ਬਹੁਤ ਕੁਛ ਕਿਹਾ ਜਾਂਦਾ ਕਿ ਤੂੰ ਇਹ ਨਹੀਂ ਕਰ ਸਕਦੀ ਤੇਰਾ ਇਹ ਰਾਈਟ ਨਹੀਂ ਜਾਂ ਔਰਤ ਨੂੰ ਇਹ ਕਹਿ ਕੇ ਦਰਕਾਰਿਆ ਜਾਂਦਾ ਕਿ ਇਹਦੀ ਤਾਂ ਗੁੱਤ ਪਿੱਛੇ ਮੱਤ ਹੈ ਜਦੋਂ ਕਿ ਕੁਛ ਧਰਮੀ ਲੋਕ ਵੀ ਬਾਬੇ ਨਾਨਕ ਨੂੰ ਤਾਂ ਮੰਨਦੇ ਨੇ ਪਰ ਬਾਬੇ ਨਾਨਕ ਦੀ ਜਿਹੜੀ ਕਹੀ ਹੋਈ ਗੱਲ ਹੈ ਉਹ ਗੱਲ ਜਿਹੜੀ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਉਹਦਾ ਇਹ ਰੰਗ ਹੈ ਜਿਹੜਾ ਔਰਤ ਦਾ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਮੈਂ ਸਿਸਟਮ 'ਤੇ ਫਿਰ ਸੱਟ ਮਾਰਦੀ ਹਾਂ ਕਿ ਸਾਡਾ ਸਿਸਟਮ ਬੇਸ਼ੱਕ ਇਜਾਜ਼ਤ ਨਹੀਂ ਦਿੰਦਾ ਪਰ ਫਿਰ ਵੀ ਸਾਡੇ ਇਸ ਰੰਗ ਨੇ ਸਾਹਮਣੇ ਆਉਣੇ ਆਉਣਾ ਮੈਂ ਜਦੋਂ ਆਪਣਾ ਆਲਾ ਦੁਆਲਾ ਦੇਖਦੀ ਹਾਂ ਤਾਂ ਮੈਨੂੰ ਉਦੋਂ ਬਹੁਤ ਮਹਿਸੂਸ ਹੁੰਦਾ ਕਿਉਂਕਿ ਬਹੁਤ ਸਾਲ ਮੈਂ ਕੁੜੀਆਂ ਦੇ ਸਕੂਲ ਵਿੱਚ ਵੀ ਪੜ੍ਹਾਇਆ ਮੈਂ ਉਹਨਾਂ ਨਾਲ ਜੁੜੀ ਰਹੀ ਹਾਂ ਮੈਂ ਉਹਨਾਂ ਦੇ ਮਾਪਿਆਂ ਨਾਲ ਜੁੜੀ ਰਹੀ ਹਾਂ ਮੈਂ ਉਹਨਾਂ ਦੇ ਘਰਦਿਆਂ ਨਾਲ ਜਦੋਂ ਜੁੜਦੀ ਸੀ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਇਹ ਬੱਚੇ ਆ ਜਿਹੜੇ ਇਹ ਕਿਹੜੇ ਰੂਪ ਵਿੱਚ ਘਰੋਂ ਆਉਂਦੇ ਨੇ ਇਹ ਕੱਲ੍ਹ ਨੂੰ ਆਉਣ ਵਾਲਾ ਭਵਿੱਖ ਨੇ ਅਤੇ ਜਿਹੜੀਆਂ ਇਹਨਾਂ ਦੇ ਪਿੱਛੇ ਮਾਵਾਂ ਨੇ ਉਹ ਕੀ ਹੰਢਾਉਂਦੀਆਂ ਨੇ ਮੈਂ ਇਹ ਰੂਪ ਆਪਦੇ ਅੱਖੀਂ ਦੇਖਿਆ ਇਸ ਕਰਕੇ ਮੇਰੇ ਅੰਦਰ ਉਹ ਦਰਦ ਹੈ ਕੁੜੀਆਂ ਜਦੋਂ ਥੀਏਟਰ ਕਰਦੀਆਂ ਨੇ ਬਾਹਰ ਕੀ ਸਮੱਸਿਆ ਆਉਂਦੀਆਂ ਨੇ ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਸਮੱਸਿਆ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਘਰ ਤੋਂ ਸ਼ੁਰੂ ਇਸ ਤਰੀਕੇ ਨਾਲ ਹੁੰਦੀ ਹੈ ਕਿ ਉੱਥੇ ਸੋਚ ਹੀ ਇਹ ਪਈ ਹੁੰਦੀ ਹੈ ਕਿ ਕਿਉਂਕਿ ਮੈਨੂੰ ਇਹ ਸਮੱਸਿਆ ਆਈ ਸੀ ਜਦੋਂ ਮੈਂ ਪੜ੍ਹਦੀ ਸੀ ਕਿ ਇੱਕ ਔਰਤ ਸਟੇਜ ਦੇ ਉੱਤੇ ਐਂ ਬੋਲਦੀ ਹੈ ਅਤੇ ਇਹਦੇ ਵਿੱਚ ਸਾਡਾ ਜਿਹੜਾ ਸਾਡੇ ਭਰਾ ਨੇ ਜਾਂ ਸਾਡੇ ਬਰਾਬਰ ਦੇ ਹੈਗੇ ਆ ਘਰ ਦੇ ਵਿੱਚ ਉਹਨਾਂ ਦੀ ਜਿਵੇਂ ਬੇਇੱਜ਼ਤੀ ਹੁੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡੀ ਕੋਈ ਧੀ ਜਾਂ ਸਾਡੀ ਔਰਤ ਉਹ ਘਰ ਤੋਂ ਬਾਹਰ ਜਾਵੇ ਠੀਕ ਹੈ ਜਦੋਂ ਕੋਈ ਕੁਰਬਾਨੀ ਦੇ ਜਾਂਦੀ ਹੈ ਫਿਰ ਸ਼ਾਇਦ ਉਹਦੇ ਮਰਨ ਤੋਂ ਬਾਅਦ ਇਹ ਕਿਹਾ ਜਾਂਦਾ ਹੋਵੇ ਕਿ ਉਹ ਔਰਤ ਠੀਕ ਸੀ ਕਿਉਂਕਿ ਉਨੀ ਦੇਰ ਮੈਨੂੰ ਇਹ ਲੱਗਦਾ ਕਿ ਜਦੋਂ ਤੱਕ ਔਰਤ ਦੀ ਗੱਲ ਕਰਦੀ ਹੈ ਉਹਦਾ ਵਿਰੋਧ ਹੁੰਦਾ ਹੋਊਗਾ ਪਰ ਫਿਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੈ ਜਿਹੜੇ ਔਰਤ ਦੇ ਹੱਕਾਂ ਦੀ ਗੱਲ ਕਰਦੇ ਆ ਸਾਨੂੰ ਉਦਾਸ ਹੋਣ ਦੀ ਲੋੜ ਨਹੀਂ ਜਿਹੜੀਆਂ ਸਾਡੀਆਂ ਕੁੜੀਆਂ ਨੇ ਥੀਏਟਰ 'ਚ ਆਉਣੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਆਪਣੇ ਅੰਦਰ ਦੱਬ ਕੇ ਕੁਛ ਵੀ ਨਹੀਂ ਰੱਖਣਾ ਚਾਹੀਦਾ ਔਰਤਾਂ ਇਹ ਲੱਗਦਾ ਕਿ ਉਹ ਘਰ ਤੋਂ ਬਾਹਰ ਜਾਂਦੀਆਂ ਨੇ ਅਤੇ ਉਹਨੂੰ ਇਹ ਅਹਿਸਾਸ ਹੁੰਦਾ ਕਿ ਉਹਦਾ ਹੀ ਕੰਮ ਹੈ ਕਿ ਜਿਹੜਾ ਘਰ ਦਾ ਕੰਮ ਹੈ ਜੇ ਰਹਿ ਗਿਆ ਕਈ ਵਾਰੀ ਇਸ ਕਰਕੇ ਨਹੀਂ ਉਹ ਬਾਹਰ ਜਾਂਦੀਆਂ ਕਿ ਉਹਦੇ ਘਰ ਦਾ ਕੰਮ ਪਿਆ ਉੱਥੇ ਮਹਿਸੂਸ ਹੋ ਜਾਂਦਾ ਕਿਉਂਕਿ ਜਦੋਂ ਕਿ ਔਰਤ ਦਾ ਆਪਣਾ ਵੀ ਦਿਲ ਹੁੰਦਾ ਕਿ ਮੈਂ ਬਾਹਰ ਜਾਵਾਂ ਭਾਅ ਜੀ ਇਸ ਮੁੱਦੇ 'ਤੇ ਬਹੁਤ ਲੜਦੇ ਰਹੇ ਨੇ ਅਤੇ ਉਸ ਇਸ ਗੱਲ ਬਾਰੇ ਉਹ ਗੱਲ ਵੀ ਕਰਦੇ ਰਹੇ ਨੇ ਮੇਰਾ ਤਜਰਬਾ ਤਾਂ ਇਹੀ ਹੈ ਕਿ ਜਦੋਂ ਮੈਂ ਇਹ ਬਗਾਵਤ ਕਰੀ ਸੀ PSU ਵਿੱਚ ਕੰਮ ਕਰਨ ਦੀ ਤਾਂ ਮੈਨੂੰ ਉਦੋਂ ਮਹਿਸੂਸ ਹੋਇਆ ਸੀ ਕਿ ਸ਼ਾਇਦ ਜੇ ਮੇਰਾ ਭਰਾ ਬਾਹਰ ਨਿਕਲਦਾ ਤਾਂ ਉਹਨੂੰ ਨਾ ਰੋਕਿਆ ਜਾਂਦਾ ਮੈਨੂੰ ਇਹ ਵੀ ਯਾਦ ਹੈ ਕਿ 15 ਦਿਨ ਮੈਨੂੰ ਕਾਲਜ ਨਹੀਂ ਸੀ ਜਾਣ ਦਿੱਤਾ ਮੇਰੇ ਬਾਪੂ ਜੀ ਨੇ ਇਸ ਕਰਕੇ ਕਿ ਬੇਟਾ ਮੈਨੂੰ ਇਹ ਤਾਂ ਪਤਾ ਕਿ ਤੂੰ ਕੋਈ ਗਲਤ ਕੰਮ ਨਹੀਂ ਕਰ ਸਕੀ
क्योंकि जिहड़े साडे बजुर्ग है वह पुराने विचारां दे ने, जिहड़ियां कुड़ियां वह यह कम नहीं कर सकदियां मुंडिया के बराबर, तो यह ना कह के मैं क्यों नहीं कर सकती, जे मुंडा रात में अद्धी रात घर आ सकता है मैं तो फिर वधिया कम ले जा रही हाँ। उदों मैनूं महसूस होया सी कि शायद औरत ते मर्द कदी भी बराबर नहीं हुंदे, ते उदों मैनूं लगदा भी सी कि मैं अपनी जिंदगी दा फैसला इस तरीके नाल लवां कि मैनूं कोई मर्द यह एहसास ना करावे कि तू मेरे बराबर यह कम नहीं कर सकती। बहुत सारा जिहड़ा मेरा अनुभव यह भी होया कि मैं एक अध्यापक रही हाँ, बहुत सारिया मेरे नाल टीचर इहो जिहियां मैं नां नहीं लैणा चाहूँगी, जिहड़ियां औरतां पढ़िया लिखिया होने के बावजूद एडिया वड्डिया डिग्रियां जिहड़ियां 80,000 रुपया लै भी रही ने, पर उन्हां नूं इह हक हरगिज़ नहीं कि वह अपनी मर्जी नाल स्कूल टाइम तो बाद किते होर अपनी फ्रेंड दे घर 2 घंटे बिता सकदियां ने, जां वह अपनी मर्जी नाल अपनी कोई शॉपिंग कर सकदियां ने, जां फिर वह जिहदे नाल वह वरतना चाहुंदियां ने वह वरत लैण। इत्थों तक कि वह औरतां ने जिहड़ियां वह अंदरों अंदरी पीड़ो पीड़ ने, मैं उन्हां नूं लैके कई बार बहुत उदास हो जाती हाँ कि शायद इन्हां दी इह जिहड़ी पढ़ाई लिखाई है इन्हां दी किसे कम नहीं आई, बस इन्ना क कम जरूर आई है कि यह 2-4 घंटे जिहड़े यह घर तों बाहर आ जांदियां ने ते अपना मन अपने किसी सहेली नाल हौला कर लैंदियां ने। मैनूं यह लगता कि बहुत सारिया जिहड़ियां औरतां ने वह किसी डर दे पक्षों जां अपना घर टुट्टण दे पक्षों कई बार पीड़ो पीड़ हो के वह अपनी जिंदगी कढ जांदियां ने, मैथों वह रूप कदे भी देखा नहीं जाता। तो इस करके मैं कई बार ये गल के मैं भावुक भी हो जाती हाँ, क्योंकि एक जड़ा आर्टिस्ट है भावुक होना वो सुभाविक है। बहुत सारे मैं योजे करैक्टर किए ने नैगेटिव करैक्टर, कई बार मैं लोग इस रूप में देखते हैं कि भंगू मैडम बहुत नैगेटिव करैक्टर करते हैं, पर मैं ये लगता है कि वह नैगेटिविटी साढ़े समाज के पई है, साढ़े पात्रा भी पई है। ठीक है, एज ए आर्टिस्ट मैं वो जड़ा करैक्टर वह जो निभाउंदी हाँ तो मैं आप पीड़ो पीड़ होई हुंदी हाँ। जिमें कि एक अरदास फिल्म दे विच मैं एक करैक्टर निभाया सी कि जो मैं कहनी हाँ कि मैनू सस का रोल सी मेरा कि मैनू सिर्फ मुंडा ही चाहिए। ठीक है, बहुत लोगों ने उस करैक्टर नफरत के रूप में देखा हो, पर मैं ये गल कहना चाहुंदी हाँ कि साढ़े समाज के अजे भी भावें कुड़ियाँ अगे नालों बहुत एडवांस हो चुकिया ने हर फील्ड के विच वो अगे जा रही ने, पर फिर भी किते ना किते साड़ी ये समाज की ही देन पई है कि औरत नूं भी किते ना किते लगता हुंदा है कि मेरे एक मुंडा पुत जरूर होना चाहिए। तो जदों वो करैक्टर मैं निभा लिया सी उदों बाद मैं बहुत पीड़ो पीड़ हुई सी, ते मैं उस तो बिना मैं बहुत इमोशनल करैक्टर भी निभाए ने, जिवें तुसीं लैंदे होवोंगे मेरा वो रंग भी है कि जदों एक गरीब बच्चा हरजीता फिल्म बनी सी जिन्हों डायरैक्ट किया सी दादू ने ते जिहड़ी जगदीप सिद्धू ने कहानी लिखी सी, जदों वह एक गरीब औरत जिन्हों कुछ पता ही नहीं हुंदा इस करके आपदे बच्चे नूं इन्ना कुट मार लैंदी है, ते उस तो बाद जदों उहनूं इह लगदा कि मेरा बच्चा तो मेरे देश का माण है तो वह किन्नी भावुक हुंदी है। वह सीन नूं देख के अज भी मैं भावुक हो जाती हाँ कि साड़ियां औरतां नूं हजे कुछ पता ही नहीं, वह आपदी जिहड़ी आर्थिकता नूं लैके इन्ना दुखी हो चुकियां हुंदियां ने कि वह जिहड़ा अपनी जिहड़ी ममता है फिर जिहड़ा जिहड़ी उहदी ममता हुंदी है अंदरली उस दे उत्ते अपना जिहड़ा सारा गुस्सा है उहदे उत्ते कढ लैंदियां ने। ते अखीर दे विच जिहड़ी इह फिल्म है इहने मैनूं बड़ा रवाया सी, इह एक सच्ची कहानी भी है। कुड़ियां जिहड़ियां इह सारी उम्र मर मर के घर नूं बचाउण ते ला जांदियां ने फिर भी जिहड़ी औरत है वह उत्थे दी उत्थे खड़ी है। इह सवाल यही है कि इह साडे सिस्टम नाल जुड़िया होया जां इह साडी मनोवधी सोच है। बहुत सारे ग्रंथ भी हजे बहुत कुछ यहोजा ही कह देंगे, तुम यह भी हंडाया कि इतों तक कि जी राम की पूजा होंगी है तो राम ने भी साड़ी सीता की फिर प्रीख्या ली सी, इस गलूँ किमें लेंगे हो। बहुत सारे लोगों को इस गलते दुख भी लगना है। एक ने लिखा कि पंजाबी सिनेमे फिल्माकारी के अंदर जो फुकरापाना है वो बारे कुछ दसो, तुम आप अजे लोगों किमें सिजते हो। ये सवाल थोड़ा जायज़ है, पर मैनू ये लगता है कि जे मैं फिल्म लाइन के आई हाँ थोड़े अंदर भी यह गर्स होनी चाहिए है कि सैट के उत्ते
ਕਦੇ ਮੇਰੇ ਨਾਲ ਇਹ ਵਤੀਰਾ ਨਹੀਂ ਹੋਇਆ ਜਾਂ ਤੁਹਾਡੀ ਸ਼ਖਸੀਅਤ ਹੀ ਇਹੋ ਜਿਹੀ ਹੁੰਦੀ ਹੈ ਕਈ ਵਾਰੀ ਕਿ ਕਿਸੇ ਦੀ ਹਿੰਮਤ ਨਹੀਂ ਪੈਂਦੀ ਪਰ ਮੈਂ ਇਹ ਕਹੂੰਗੀ ਕਿ ਜੇ ਕਿਤੇ ਫੁਕਰਾਪੰਥੀ ਹੁੰਦੀ ਵੀ ਹੈ ਤਾਂ ਬਹੁਤ ਸਾਰੇ ਲੋਕ ਵੀ ਉਹਨੂੰ ਹੱਲਾਸ਼ੇਰੀ ਦਿੰਦੇ ਨੇ ਲੋਕ ਅਜਿਹੇ ਮੁੱਦਿਆਂ ਨੂੰ ਬਾਈਕਾਟ ਕਰਨ ਅਜਿਹੇ ਫਿਲਮਾਂ ਦਾ ਬਾਈਕਾਟ ਕਰਨ ਤਾਂ ਹੀ ਉਹ ਚੰਗੇ ਜਾਂ ਅਸਾਰੂ ਸਬਜੈਕਟ 'ਤੇ ਫਿਲਮਾਂ ਬਣ ਸਕਦੀਆਂ ਨੇ ਜਿਵੇਂ ਮੈਂ ਇਹ ਦੱਸਦੀ ਹਾਂ ਤੁਹਾਨੂੰ ਹਰਜੀਤਾ ਫਿਲਮ ਬਣੀ ਸੀ ਹਰਜੀਤ ਗਰੀਬ ਬੱਚਾ ਜਿਹੜਾ ਅੱਜ ਸਾਡੇ ਦੇਸ਼ ਦਾ ਮਾਣ ਹੈ ਕੁਲਦੀਪ ਸਿੱਧੂ ਨੇ ਉਹਦੇ 'ਤੇ ਫਿਲਮ ਬਣਾ ਕੇ ਹੋਰ ਵੀ ਉਹਨੂੰ ਚਾਰ ਚੰਦ ਲਾਏ ਪਰ ਮੈਂ ਇਹ ਸਵਾਲ ਕਰਦੀ ਹਾਂ ਸਾਡੇ ਲੋਕਾਂ ਨੂੰ ਕਿ ਉਸ ਫਿਲਮ ਨੂੰ ਕਿੰਨੇ ਕੁ ਲੋਕਾਂ ਨੇ ਕਿੰਨਾ ਕੁ ਪਿਆਰ ਦਿੱਤਾ ਕਿਉਂਕਿ ਲੋਕ ਪਤਾ ਨਹੀਂ ਕਿਹੋ ਜਿਹੇ ਹੋ ਗਏ ਕਿ ਇਹੋ ਜਿਹੇ ਸਿਨੇਮੇ ਵੱਲ ਮੂੰਹ ਹੀ ਨਹੀਂ ਕਰਦੇ ਠੀਕ ਹੈ ਚੰਗੀਆਂ ਫਿਲਮਾਂ ਬਹੁਤ ਚੰਗੀਆਂ ਫਿਲਮਾਂ ਵੀ ਬਣ ਰਹੀਆਂ ਨੇ ਉਸ ਫਿਲਮ ਨੂੰ ਜਿਹੜੀ ਬਾਕਸ ਆਫਿਸ 'ਤੇ ਬਹੁਤ ਵਧੀਆ ਹੰਗਾਰਾ ਨਹੀਂ ਮਿਲਿਆ ਸੀ ਪਤਾ ਨਹੀਂ ਕਿਉਂ ਜਾਂ ਪ੍ਰਮੋਸ਼ਨ ਪੱਖੋਂ ਜਾਂ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਐਮੀ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਉਸ ਫਿਲਮ ਦੇ ਆਪਣੇ ਸਰੀਰ 'ਤੇ ਅਤੇ ਆਪਣੇ ਕਰੈਕਟਰ 'ਤੇ ਬਹੁਤ ਅੱਛਾ ਕਰੈਕਟਰ ਨਿਭਾਇਆ ਅਤੇ ਜਿਹੜਾ ਛੋਟੇ ਹਰਜੀਤ ਦੇ ਰੂਪ ਵਿੱਚ ਤੁਲੀ ਨੇ ਇੰਨਾ ਵਧੀਆ ਕਰੈਕਟਰ ਕੀਤਾ ਉਸ ਬੱਚੇ ਨੇ ਮੈਂ ਉਹਨੂੰ ਸਲੂਟ ਕਰਦੀ ਹਾਂ ਦਾਦੂ ਨੇ ਇੰਨੀ ਵਧੀਆ ਡਾਇਰੈਕਸ਼ਨ ਦਿੱਤੀ ਪਰ ਲੋਕਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਜਾਂ ਉਹਨੂੰ ਦੇਖ ਨਹੀਂ ਪਾਏ ਪਤਾ ਨਹੀਂ ਕਿਸ ਪੱਖੋਂ ਅਤੇ ਜਦੋਂ ਕਿ ਫਿਲਮ ਉਹ ਨੈਸ਼ਨਲ ਅਵਾਰਡ ਲੈ ਗਈ ਅਤੇ ਫਿਰ ਪ੍ਰੋਡਿਊਸਰ ਉਹੋ ਜਿਹੀਆਂ ਫਿਲਮਾਂ ਕਿਵੇਂ ਬਣਾਉਣਗੇ ਕਿਉਂਕਿ ਉਹਨਾਂ ਦਾ ਤਾਂ ਉਹਨਾਂ ਨੇ ਇਹ ਵੀ ਦੇਖਣਾ ਕਿ ਅਸੀਂ ਆਪਣਾ ਖਰਚਾ ਕੱਢਣਾ ਉਸ ਤੋਂ ਬਾਅਦ ਸਨ ਆਫ ਮਨਜੀਤ ਸਿੰਘ ਫਿਲਮ ਸੀ ਬਹੁਤ ਅੱਛੀ ਫਿਲਮ ਸੀ ਉਹ ਸਾਡੇ ਮਾਪਿਆਂ ਅਤੇ ਬੱਚਿਆਂ ਦੇ ਦੋਨਾਂ ਦੇ ਦੇਖਣ ਵਾਲੀ ਫਿਲਮ ਸੀ ਉਸ ਫਿਲਮ ਨੂੰ ਵੀ ਲੋਕਾਂ ਨੇ ਬਿਲਕੁਲ ਹੰਗਾਰਾ ਨਹੀਂ ਦਿੱਤਾ ਅੱਜ ਦੇ ਯੁੱਗ ਦੇ ਵਿੱਚ ਹੁਣ ਵੀ ਚੱਲ ਰਿਹਾ ਕਿ ਬੱਚੇ ਜਿਹੜੇ ਇੰਟੈਲੀਜੈਂਟ ਬੱਚੇ ਆ ਪਰ ਬਹੁਤੇ ਕਈ ਵਾਰੀ ਮਾਰਕਸ ਨਹੀਂ ਲੈ ਪਾਉਂਦੇ ਉਹ ਮਾਪਿਆਂ ਦੀ ਵੀ ਬੇਸਮਝੀ ਹੈ ਕਿ ਜਿਹੜੇ ਬੱਚਿਆਂ ਨੂੰ ਇਸ ਪੈਮਾਨੇ 'ਤੇ ਤੋਰਦੇ ਨੇ ਕਿ ਤੇਰੇ ਕਿੰਨੇ ਪਰਸੈਂਟ ਨੰਬਰ ਆਏ ਆ ਹਾਲਾਂਕਿ ਬੱਚਾ ਭਾਵੇਂ ਬੇਸਿਕਲੀ ਬਹੁਤ ਜ਼ਿਆਦਾ ਇੰਟੈਲੀਜੈਂਟ ਹੋਵੇ ਸੁਸਾਈਡ ਕਰ ਜਾਂਦੇ ਨੇ ਇਸ ਮੁੱਦੇ ਨੂੰ ਲੈ ਕੇ ਫਿਲਮ ਬਣੀ ਸੀ ਸਨ ਆਫ ਮਨਜੀਤ ਸਿੰਘ ਅਤੇ ਉਸ ਫਿਲਮ ਨੂੰ ਵੀ ਲੋਕਾਂ ਨੇ ਬਹੁਤ ਭਰਪੂਰ ਹੰਗਾਰਾ ਨਹੀਂ ਦਿੱਤਾ ਹਾਲਾਂਕਿ ਇਹ ਜਿਹੜੀਆਂ ਫਿਲਮਾਂ ਨੇ ਸਾਡਾ ਇਤਿਹਾਸ ਨੇ ਇਹ ਫਿਲਮਾਂ ਇਸ ਕਰਕੇ ਮੈਂ ਇਹੀ ਕਹੂੰਗੀ ਕਿ ਚੰਗੀਆਂ ਫਿਲਮਾਂ ਤਾਂ ਹੀ ਬਣ ਚੰਗਾ ਦੇਖੋ ਚੰਗਾ ਸੁਣੋ ਚੰਗਾ ਹੰਗਾਰਾ ਦਿਓ ਅਤੇ ਮੈਂ ਇਹ ਵੀ ਕਹੂੰਗੀ ਕਿ ਇਹ ਬਹੁਤ ਅੱਛਾ ਮੰਚ ਅਸੁਵਿਧਾ ਦਾ ਇਹਦੇ ਨਾਲ ਬਹੁਤ ਵੱਧ ਤੋਂ ਵੱਧ ਲੋਕ ਜੁੜੋ ਕਿਉਂਕਿ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖ ਰਹੀ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨਾਲ ਸਟੇਜ 'ਤੇ ਕਦੇ ਬੋਲੀ ਨਹੀਂ ਸਟੇਜ 'ਤੇ ਬੇਸ਼ੱਕ ਅਸੀਂ ਨਾਟਕ ਕਰਦੇ ਹਾਂ ਅਸੀਂ ਉਹ ਪਾਤਰ ਹੰਡਾਉਂਦੇ ਹਾਂ ਉੱਥੇ ਮੈਨੂੰ ਕੋਈ ਝਿਜਕ ਨਹੀਂ ਪਰ ਇੱਕ ਬਹੁਤ ਵਧੀਆ ਬੁਲਾਰਾ ਇਹ ਵੱਖਰੀ ਗੱਲ ਹੈ ਬਹੁਤ ਥੋੜ੍ਹੇ ਲੋਕਾਂ ਦੇ ਹੱਥ ਵਿੱਚ ਆਇਆ ਕਈ ਵਾਰੀ ਸਾਡੇ ਅੰਦਰ ਬਹੁਤ ਕੁਛ ਪਿਆ ਹੁੰਦਾ ਪਰ ਅਸੀਂ ਉਹ ਕਹਿ ਨਹੀਂ ਪਾਉਂਦੇ ਇਸ ਕਰਕੇ ਮੈਂ ਅਸੁਵਿਧਾ ਮੰਚ ਦੀ ਸਦਾ ਰਿਣੀ ਰਹੂੰਗੀ ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਲੈ ਕੇ ਆ ਰਹੇ ਨੇ ਇਹੋ ਜਿਹੇ ਲੋਕਾਂ ਨੂੰ ਸਾਡੇ ਰੂਬਰੂ ਕਰ ਰਹੇ ਨੇ ਕਿ ਸਾਨੂੰ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਿਆ ਬਹੁਤ ਸਾਰੇ ਬੱਚੇ ਆ ਜਿਹੜੇ ਰਾਤੋ ਰਾਤ ਬਹੁਤ ਕੁਛ ਕਰਨਾ ਚਾਹੁੰਦੇ ਨੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਹਿਤ ਨਾਲ ਜੁੜੋ ਤੁਸੀਂ ਚੰਗੇ ਲੋਕਾਂ ਦੀ ਸੰਗਤ ਕਰੋ ਚੰਗਾ ਸੁਣੋ ਚੰਗਾ ਵੇਖੋ ਜਦੋਂ ਤੁਸੀਂ ਸਿਆਣੇ ਹੋ ਜਾਓਗੇ ਤੁਸੀਂ ਆਪਣੀ ਲੜਾਈ ਖੁਦ ਲੜ ਸਕੋਗੇ ਚੰਗੇ ਲੋਕਾਂ ਦੀ ਜਿਹੜੀ ਸੰਗਤ ਹੈ ਜਾਂ ਚੰਗੀਆਂ ਕਿਤਾਬਾਂ ਨੇ ਉਹ ਤੁਹਾਨੂੰ ਬਹੁਤ ਕੁਛ ਸਿਖਾ ਦਿੰਦੀਆਂ ਮੇਰਾ ਵੀ ਥੋੜ੍ਹਾ ਜਿਹਾ ਇੱਥੋਂ ਤੱਕ ਆਉਣ ਦਾ ਸਬੱਬ ਇਹੀ ਬਣਿਆ ਹਾਲਾਂਕਿ ਘਰ ਦੇ ਵਿੱਚ ਮੈਥੋਂ ਵੱਧ ਪੜ੍ਹਿਆ ਲਿਖਿਆ ਕੋਈ ਨਹੀਂ ਸੀ ਪਰ ਭਰਾ ਇਹ ਜ਼ਰੂਰ ਚਾਹੁੰਦੇ ਸੀ ਕਿ ਵੀ ਸਾਡੀ ਕੁੜੀ ਇੰਨਾ ਨਾ ਪੜ੍ਹ ਲਿਖ ਜਾਵੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੈਂ ਇਹ ਕਿਹਾ ਸੀ ਕਿ ਮੈਂ ਕੁੜੀ ਨਹੀਂ ਮੇਰਾ ਕੋਈ ਨਾਂ ਹੈ ਉਹ ਮੇਰੀ ਸ਼ਾਇਦ ਪਹਿਲੀ ਬਗਾਵਤ ਸੀ ਜਦੋਂ ਮੈਂ ਇਹ ਕਿਹਾ ਜਦੋਂ ਮੈਨੂੰ ਆਵਾਜ਼ ਮਾਰੀ ਕਿ ਇਹ ਕੁੜੀ ਹੈ ਤਾਂ ਮੈਨੂੰ ਇਹ ਲੱਗਿਆ ਕਿ ਮੈਂ ਕੁੜੀ ਨਹੀਂ ਮੇਰਾ ਕੋਈ ਨਾਂ ਹੈ ਮੇਰਾ ਨਾਂ ਤੁਸੀਂ ਰੱਖਿਆ ਗੁਰਪ੍ਰੀਤ ਸ਼ਾਇਦ ਉਹ ਮੇਰੀ ਪਹਿਲੀ ਬਗਾਵਤ ਸੀ ਕਿਉਂਕਿ ਮੈਂ ਔਰਖ ਸਾਹਿਬ ਨੂੰ ਵੀ ਪੜ੍ਹਿਆ ਔਰਖ ਸਾਹਿਬ ਨੂੰ ਮੈਂ ਪੜ੍ਹਦੀ ਰਹਿੰਦੀ ਸੀ ਉਹਨਾਂ ਦੇ ਨਾਟਕ ਪੜ੍ਹਦੀ ਰਹਿੰਦੀ ਸੀ ਉਹਨਾਂ ਦੀ ਟੀਮ ਨਾਲ ਕੰਮ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਮੈਂ ਸਲਿਊਟ ਕਰਦੀ ਹਾਂ ਮੈਂ ਉਸ ਯੋਧੇ ਨਾਟਕਕਾਰ ਨੂੰ ਉਸ ਸਾਡੇ ਬਾਬਾ ਬੋੜ ਨੂੰ ਜਿਹੜੇ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹ ਸਾਡੇ ਸਦਾ ਦਿਲਾਂ 'ਚ ਨੇ ਅਤੇ ਉਸ ਤੋਂ ਬਾਅਦ ਮੈਂ ਸਲਿਊਟ ਕਰਦੀ ਹਾਂ ਸਾਡੀ ਪੰਜਾਬੀ ਰੰਗ ਮੰਚ ਦੀ ਅਤੇ ਥੀਏਟਰ ਨਾਲ ਜੁੜੀ ਆਰਟਿਸਟ ਮੈਡਮ ਰਿਸ਼ੀ ਨੂੰ ਜਿਨ੍ਹਾਂ ਨੂੰ ਮੈਂ ਬਹੁਤ ਦੇਖਿਆ ਜਿਨ੍ਹਾਂ ਦੇ ਬਹੁਤ ਨਾਟਕ ਦੇਖੇ ਕਿਉਂਕਿ ਮੈਂ ਕੋਈ ਟ੍ਰੇਨਿੰਗ ਕਿਤੋਂ ਨਹੀਂ ਲਈ ਅਤੇ ਮੈਂ ਸਮਾਜ ਦੇ ਵਿੱਚੋਂ ਤੁਰਦੇ ਫਿਰਦੇ ਜਿਹੜੇ ਪਾਤਰ ਸੀ ਉਹਨਾਂ ਨੂੰ ਜਿਉਣ ਦੀ ਕੋਸ਼ਿਸ਼ ਕਰੀ ਹੈ ਅਤੇ ਮੇਰਾ ਮੈਂ ਜੇ ਰੋਲ ਮਾਡਲ ਸਮਝਦੀ ਹਾਂ ਗੁਰਸ਼ਰਨ ਭਾਅ ਜੀ ਨੂੰ ਜਿਨ੍ਹਾਂ ਨੂੰ ਮੈਂ ਛੋਟੀ ਹੁੰਦੀ ਦੇਖਦੀ ਰਹੀ ਅਤੇ ਮੈਂ ਇਹੋ ਕਹਾਂਗੀ ਵੀ ਜਿਹੜੇ ਮੇਰੇ ਆਉਣ ਵਾਲੇ ਨਵੇਂ ਬੱਚੇ ਨੇ ਜਾਂ ਨਵੀਆਂ ਕੁੜੀਆਂ ਨੇ ਤੁਸੀਂ ਚੰਗੇ ਲੋਕਾਂ ਦੀ ਸੰਗਤ ਕਰੋ ਚੰਗਾ ਦੇਖੋ ਚੰਗਾ ਸਿਨੇਮਾ ਦੇਖੋ ਚੰਗੇ ਨਾਟਕ ਦੇਖੋ ਚੰਗੇ ਲੋਕਾਂ ਨਾਲ ਜੁੜੋ ਇੱਥੋਂ ਤੱਕ ਕਵਿਤਾ ਦਾ ਸਵਾਲ ਹੈ ਮੈਂ ਜਿਹੜੇ ਲੋਕ ਕਵਿਤਾ ਲਿਖਦੇ ਨੇ ਮੈਂ ਕਵਿਤਾਵਾਂ ਪੜ੍ਹਦੀ ਹਾਂ
मैं उन्हां नूं सल्यूट करदी हाँ। बहुत सारे साडे वधिया राइटर होए ने, सुरजीत पात्र है, पाश है, जां हुण साडियां कवित्रियां ने, मैं इन्हां नूं अर्जेंट पढ़दी रहिंदी हाँ, नीतू लिखदी है, जां साडी साडियां होर नवीआं कुड़ियां ने। कविता दे विच बहुत जान है, कविता ही बगावत कराउंदी है बंदे तों, कविता ही तुहानूं जिउणा सिखाउंदी है। मैनूं इह लगदा है कोई भी लिखता है, भावें उह कविता दे रूप विच होवे, उह कहाणी दे रूप विच होवे, जां उह साडा होर साहित है। मैं पहले दस चुकी हाँ कि साहित पढ़ के सानू जिउण दी जाच आउंदी है। एक सवाल आया कि औरत दे संबंध विच तुसीं औरत दी भूमिका नूं किवें रखदे हो। मैं बिल्कुल मैं यही कहनी हाँ कि यह भी साडी सिस्टम दी देण है जां ना समझी है। जिवें कि पहलां बहुत सारे मैं पात्र इह जिहे निभाए ने, ते मैं इत्थे इह वी कहूंगी कि कई वारी औरत भी औरत दी दुश्मन हुंदी है, क्योंकि जिथे असी ये करते हैं कि भ्रूण हत्या की गल लो, उत्थे औरत नूं बगावत करनी बनती है कि मैं ये हत्या नहीं होण दिंदी, क्योंकि ठीक है भावें यह देण साडे सिस्टम की है, पर एक माँ की ममता है, जदों वह बगावत करेगी मैनू नहीं लगता कि दुनिया की कोई ताकत हैगी है जिहड़ी ये रोक सकती है, क्योंकि औरत नूं पता है कि उहदे अंदर की पल रहा, उहदे नाल ममता जुड़ी है, आदी ममता नूं मारना बहुत औखा है। औरत नूं क्लासां पढ़ा के कल्ली आजादी नहीं मिलती, ये औरत पढ़ लिख के कल्ली आजाद नहीं होगी, कि उहदियां अपनियां कुछ ख्वाहिशां भी हुंदियां ने, कि जिवें मसलन उह घर दे कम्मां विच इन्नी उलझी हुंदी है कई वारी कि उहनूं इह कहा जांदा कि इस कम्म तों बिना तों बाहर नहीं जा सकदी, तां उत्थे उहदे ते इक तरहां दी पाबंदी है, जां इह कीता जा सकदा है कि असीं तेरी इस कम्म लई हैल्प करदे हां। इत्थों तक भी हुंदा है, अज कल इह मजबूरी बणी है मापिआं दी, बहुत है मापिआं दी कि कुड़ियां पढ़न नूं इंटैलीजेंट ने, क्योंकि हर फील्ड दे विच उह खड़ियां ने, ते उहनां नूं इह लगदा हुंदा है घरदिआं नूं कि चलो कोई कुड़ी जे पढ़ लिख गई आईलैट्स कर लूगी ते बाहर कोई मुंडा लभ लांगे ते उत्थे चली जाऊगी, पर उहनूं इह अधिकार हरगिज नहीं दित्ता जांदा कि उह किसे आपदे साथी दी चोण कर सके, वधिया साथी दी। ठीक है, अज मैनूं लगदा है कि अज कल बहुत इह घटिया होया, कुड़ियां अपनी मर्जी दे साथी चुण रहियां ने, पर उह इस गल लई है कि उह बहुते खुश नहीं हैगे मापे कई थाईं, ते जदों कि मैं इह भी देखदी हाँ कि जरूरी नहीं कि आप चुने हुए जिहड़े साथी आ तुहाडे उह तुहाडे नाल निभा पाउणगे, इह गल्लां भी उत्थे लागू हुंदियां, पर मैं इह जरूर कहनी हाँ कि इह औरत दा राइट जरूर है। एक आर्टिस्ट जिहड़ा हुंदा है उह सदा ही भुखा रहिंदा है, मैनूं तां अजे इह लगदा है कि मेरे तो औरत दी त्रास दी ते कोई कम होवे जिहड़ा मैं निभा सकां। हाँ, थिएटर दे विच इह असीं बहुत कर चुके हाँ, ते थिएटर नूं सल्यूट है, क्योंकि थिएटर दे उत्ते तुसीं आपदी मर्जी नाल कम कर सकदे हो, कोई इहो जी चीज़ चुन सकदे हो। बहुत सारे इहो जिहे नाटक खेडे भी गए ने, औरख साहब दे लिखे होए सुक्की कुख, ते जां फिर पाली भुपिंदर दा मैं दस चुकी हाँ जदों मैं सिर्फ औरत हुंनी हाँ, ते इस तों अलावा भाजी दा तां कहणा की है, भाजी ने बहुत सारे इहो जिहे नाटक करवा ले, मैं सरपंचनी नाटक भाजी दा खेडिया, मैनूं बहुत चंगा लग्या, ते मेरी इह जिहड़ी इच्छा है हमेशा रही है कि मैं औरत दी त्रासदी तों लै के बगावत करन तक दा सफ़र कदे पेश कर सकां। ते मेरे दिमाग 'च इह चल रहा कि मैं थिएटरिकली एक सोलो परफॉर्मेंस जरूर करूँगी, मैनूं लगदा मैं कर पाऊँगी, ते वह मेरे जरूर दिमाग 'च चल रहा, मैं वह परफॉर्मेंस जरूर करनी है। क्वेश्चन है कि वर्तमान समय कुड़ियां नूं बाहर वेचण दी खुल नाल खुद नूं साबित करन दी एक जिम्मेवारी अते दबाव 'चों निकलना पैंदा है, पर इस दुनिया ते माहौल 'च इक कुड़ी किस तैयारी ते सियाणप नाल बाहर निकले जिस नाल उह विचर सके। बगावत तां फिर करनी पैंदी है, तैयारी इस तरीके दी कि मैं जिहड़ा पहलां दस चुकी हाँ कि जदों तुहाडे पल्ले इन्नी सियाणप है कि तुसीं घरों तुरन वेले किथे चले हो, तुहानूं घर दे बाहर जाण समें रस्ते विच की मुसीबतां आ सकदियां ने, ते उन्हां दा तुसीं किवें मुकाबला करना है, उदों मैं कहनी हाँ एक जिहड़ी औरत है उह कामयाब हो सकदी है। पर इह नहीं हैगा कि औरत इस डर दे पक्खों बाहर ही ना जावे कि मेरे ते इह इल्जाम लगेगा, मेरे ते इह कम होगा, उस गल नूं मैं हरगिज नहीं मानदी। इस तरीके नाल कोई भी औरत कदे भी जिहड़ी इह आपदा विकास है उह कदे भी नहीं कर सकेगी। कोई अपना पसंदीदा डायलॉग होवे ते साडे नाल सांझा करो जो बेहद पसंद होवे। देखो जी, एक आर्टिस्ट नूं अपना
ਹਰ ਡਾਇਲੋਗ ਵੀ ਪਿਆਰਾ ਹੁੰਦਾ ਹੈ। ਜਿਵੇਂ ਮਿੱਟੀ ਫਿਲਮ ਜਤਿੰਦਰ ਮੌਰ ਨੇ ਡਾਇਰੈਕਟ ਕੀਤੀ, ਬਹੁਤ ਪਿਆਰੀ ਫਿਲਮ ਬਣੀ ਸੀ। ਉਹ ਇੱਕ ਤਰ੍ਹਾਂ ਦੀ ਔਰਤ ਦੀ ਤ੍ਰਾਸਦੀ ਸੀ ਜਿਹਦਾ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਪੈ ਜਾਂਦਾ, ਉਹ ਇੱਕ ਗਰੀਬ ਔਰਤ ਹੈ। ਜਦੋਂ ਮੈਂ ਉੱਥੇ ਆਪਦੇ ਬੱਚੇ ਨੂੰ ਬੋਲਦੀ ਹਾਂ ਕਿ ਉਹ ਵੱਡੇ ਲੋਕਾਂ ਨਾਲ ਰਲ ਜਾਂਦਾ, ਅਤੇ ਮੈਂ ਉਹਨੂੰ ਕਹਿੰਦੀ ਹਾਂ, ਬਹੁਤ ਭਾਵਿਕ ਹੋ ਕੇ ਮੇਰਾ ਉਹ ਡਾਇਲੋਗ ਹੈ, ਕਿਉਂਕਿ ਅੰਦਰੋਂ ਹੂਕ ਨਿਕਲੀ ਹੋਈ ਹੈ। ਜਦੋਂ ਮੈਂ ਉਹਨੂੰ ਕਹਿੰਦੀ ਹਾਂ, ਮੇਰੇ ਪੁੱਤ ਤੂੰ ਤਾਂ ਜਮਾਂ ਹੀ ਨਰਮੋਹਾ ਹੋ ਗਿਆ, ਤੈਨੂੰ ਕਦੇ ਯਾਦ ਨਹੀਂ ਆਈ ਆਪਣੀ ਮਾਂ। ਜਾਂ ਰਜੀਤਾ ਫਿਲਮ ਦੇ ਵਿੱਚ ਜਦੋਂ ਐਮੀ ਛੱਪੜ ਤੋਂ ਬਾਹਰ ਨਿਕਲਦਾ ਹੈ, ਅਤੇ ਉਹ ਮੈਨੂੰ ਕਹਿੰਦਾ ਕਿ ਮਾਂ ਤੂੰ ਚੱਕ ਉਹੀ ਸੋਟੀ, ਤਾਂ ਜਿਹੜੀ ਮੇਰੇ ਅੰਦਰੋਂ ਉਹ ਹੂਕ ਨਿਕਲਦੀ ਹੈ ਜਾਂ ਭੁੱਬ ਨਿਕਲਦੀ ਹੈ, ਉਹ ਕਦੇ ਕਦੇ ਹੁਣ ਵੀ ਮੇਰਾ ਰੂੰ ਗੰਡਾ ਖੜਾ ਹੋ ਜਾਂਦਾ। ਕਿਉਂਕਿ ਇੱਕ ਆਰਟਿਸਟ ਹੈ ਜਦੋਂ ਉਹ ਪਾਤਰ ਨੂੰ ਜਿਉਂ ਲੈਂਦਾ, ਜਾਂ ਜਦੋਂ ਮੈਂ ਜਿਉਂਇਆ ਤਾਂ ਮੈਨੂੰ ਇਹ ਲੱਗਦਾ ਕਿ ਉਦੋਂ ਗੁਰਪ੍ਰੀਤ ਨਹੀਂ ਹੁੰਦੀ, ਉਦੋਂ ਉਹ ਇੱਕ ਪਾਤਰ ਹੁੰਦੀ ਹੈ। ਤੁਸੀਂ ਸਾਰਿਆਂ ਨੇ ਇਹੋ ਜਿਹੇ ਪਾਤਰਾਂ ਨੂੰ ਬਹੁਤ ਪਿਆਰ ਦਿੱਤਾ, ਮੈਂ ਸਦਾ ਤੁਹਾਡੀ ਰਣੀ ਰਹੂੰਗੀ। ਇੱਕ ਸਵਾਲ ਆਇਆ ਜੀ, ਔਰਤਾਂ ਦੀ ਦੁਰਦਸ਼ਾ ਲਈ ਤੁਸੀਂ ਧਰਮ ਬਾਰੇ ਕੀ ਕਹੋਗੇ? ਹਾਂਜੀ, ਜਿੱਥੇ ਸਾਡੇ ਧਾਰਮਿਕ ਗ੍ਰੰਥਾਂ ਨੇ ਔਰਤ ਨੂੰ ਬਹੁਤ ਪਿੱਛੇ ਹੀ ਸੁੱਟਿਆ, ਮੈਂ ਤਾਂ ਇਹ ਕਹੂੰਗੀ। ਕਿਉਂਕਿ ਤੁਸੀਂ ਦੇਖੋ, ਜੇ ਉਹ ਮਨੁਵਾਦੀ ਸੋਚ 'ਤੇ ਹੀ ਆਧਾਰਿਤ ਨੇ ਬਹੁਤ ਕੁਛ ਹੋਇਆ ਧਰਮ, ਕਦੇ ਵੀ ਇੱਥੋਂ ਤੱਕ ਕਿ ਬਹੁਤ ਸਾਰੇ ਗੁਰਦੁਆਰੇ ਮੰਦਰ ਜਾਂ ਇਹੋ ਜਿਹੇ ਹੈ ਜਿੱਥੇ ਔਰਤ ਨੂੰ ਮੱਥਾ ਟੇਕਣ ਦਾ ਹੁਕਮ ਨਹੀਂ, ਜਾਂ ਉੱਥੇ ਉਹਨੂੰ ਕੁਲੈਣੀ ਸਮਝਿਆ ਜਾਂਦਾ। ਇੱਥੋਂ ਤੱਕ ਕਿ ਮੈਨੂੰ ਇਹ ਲੱਗਦਾ ਕਿ ਇੱਕ ਕੁਦਰਤੀ ਜਿਹੜੀ ਹੈਗਾ ਔਰਤ ਦਾ ਪੀਰੀਅਡ ਸਮਾਂ ਹੁੰਦਾ, ਅਤੇ ਉਹਨੂੰ ਲੈ ਕੇ ਵੀ ਕਿ ਇਹ ਤਾਂ ਹੁਣ ਪਿੱਟੀ ਗਈ, ਇਹ ਪਿੱਟ ਦੂਗੀ, ਅਤੇ ਮੈਨੂੰ ਉਹ ਗੱਲਾਂ ਕਦੇ ਵੀ ਚੰਗੀਆਂ ਨਹੀਂ ਲੱਗੀਆਂ, ਮੈਨੂੰ ਕਦੇ ਭਾਈਆਂ ਨਹੀਂ ਹੈਗੀਆਂ, ਅਤੇ ਮੈਂ ਇਹਨਾਂ ਮਸਲਿਆਂ ਤੋਂ ਦੂਰ ਹੀ ਹਾਂ। ਇਸ ਕਰਕੇ ਮੈਨੂੰ ਐਂ ਲੱਗਦਾ ਕਿ ਕੋਈ ਵਧੀਆ ਰੋਲ ਕਦੇ ਵੀ ਨਹੀਂ ਨਿਭਾਇਆ। ਠੀਕ ਹੈ, ਬਾਬੇ ਨਾਨਕ ਮੇਰਾ ਵੀ ਮਾਡਲ ਹੈ, ਅਤੇ ਬਾਬੇ ਨਾਨਕ ਨੂੰ ਇੱਕ ਨੇਕ ਇਨਸਾਨ ਦੇ ਤੌਰ 'ਤੇ ਇੱਕ ਵਧੀਆ ਗੁਰੂ ਲੈ ਲਓ, ਵਧੀਆ ਸਾਡਾ ਮਾਰਗਦਰਸ਼ਕ ਲੈ ਲਓ। ਔਰਤ ਦੀ ਸੋਚ ਨੂੰ ਉੱਚੇ ਚੁੱਕਿਆ, ਸੋ ਕੋਈ ਮੰਦਾ ਆਖੀਏ ਜਿੱਤ ਜੰਮੇ ਰਾਜਾ। ਕੁਸਚਨ ਆਇਆ ਕਿ ਗਰੀਬ ਕੁੜੀਆਂ ਥੀਏਟਰ ਲੈਣ ਵਿੱਚ ਕਿਵੇਂ ਆਉਣ? ਦੇਖੋ ਜੀ, ਜਿਹੜਾ ਥੀਏਟਰ ਹੈ, ਜੇ ਤੁਸੀਂ ਇਹ ਕਹੋ ਕਿ ਸਾਡੀ ਕਮਾਈ ਦਾ ਸਾਧਨ ਹੈ, ਕਮਾਈ ਦਾ ਸਾਧਨ ਕਦੇ ਵੀ ਨਹੀਂ ਹੋਊਗਾ। ਠੀਕ ਹੈ, ਮੈਂ ਜਦੋਂ ਮੈਂ ਥੀਏਟਰ ਕਰਦੀ ਸੀ ਤਾਂ ਮੈਂ ਵੀ ਉਦੋਂ ਬੇਰੁਜ਼ਗਾਰ ਸੀ, ਜਾਂ ਹੁਣ ਵੀ ਸਾਡੇ ਬਹੁਤ ਸਾਰੇ ਥੀਏਟਰ ਆਰਟਿਸਟ ਨੇ ਜਿਹੜੇ ਉਹ ਕੋਈ ਜੋਬ ਨਹੀਂ ਕਰਦੇ, ਪਰ ਸਾਡੀਆਂ ਜਿਹੜੀਆਂ ਇਛਾਵਾਂ ਹੈ ਉਹ ਕਈ ਵਾਰੀ ਵੱਧ ਜਾਂਦੀਆਂ ਨੇ, ਅਸੀਂ ਇਛਾਵਾਂ ਨੂੰ ਇੰਨਾ ਵਧਾ ਲੈਂਦੇ ਹਾਂ। ਜੇ ਸੱਚਮੁੱਚ ਨਾਲ ਉਹ ਥੀਏਟਰ ਕਰਨਾ ਚਾਹੁੰਦੀਆਂ ਨੇ, ਅਤੇ ਜਿਹੜੀ ਰੋਟੀ ਆ ਉਹ ਤਾਂ ਅਸੀਂ ਖਾ ਹੀ ਲੈਣੀ ਹੈ, ਅਤੇ ਥੀਏਟਰ ਦੇ ਨਾਲ ਨਾਲ ਅਸੀਂ ਆਪਣਾ ਜਿਹੜਾ ਹੈਗੇ ਆ ਹੋਰ ਕੰਮ ਦੇ ਸਾਧਨ ਉਹ ਪੈਦਾ ਕਰ ਸਕਦੇ ਹਾਂ। ਇਕੱਲਾ ਇਹ ਸੋਚ ਕੇ ਕਿ ਥੀਏਟਰ ਨੇ ਰੋਟੀ ਨਹੀਂ ਦੇਣੀ, ਅਸੀਂ ਥੀਏਟਰ ਕਰਨਾ ਨਹੀਂ, ਜੇ ਤੁਸੀਂ ਥੀਏਟਰ ਕਰਨਾ ਚਾਹੁੰਦੇ ਹੋ ਤਾਂ ਕੋਈ ਇਹ ਐਡਾ ਵੱਡਾ ਮਸਲਾ ਨਹੀਂ, ਥੀਏਟਰ ਜ਼ਰੂਰ ਕਰਨਾ ਚਾਹੀਦਾ। ਇਸ ਕਰਕੇ ਇਸ ਗੱਲ ਲਈ ਉਦਾਸ ਨਹੀਂ ਹੋਣਾ ਚਾਹੀਦਾ। ਜਿਹੜੇ ਬੱਚੇ ਸਾਡੇ ਨਾਲ ਜੁੜਦੇ ਆ, ਸਾਡਾ ਇੱਕ ਚੇਤਨਾ ਕਲਾ ਮੰਚ ਹੈ, ਅਸੀਂ ਉੱਥੇ ਵੈਲਕਮ ਕਰਦੇ ਹਾਂ, ਜੁੜੋ ਤੁਸੀਂ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਟੀਮਾਂ ਸਾਡੀਆਂ ਪਲਸ ਮੰਚ ਦੀਆਂ ਟੀਮਾਂ ਨੇ ਜਿਨ੍ਹਾਂ ਨਾਲ ਤੁਸੀਂ ਜੁੜ ਸਕਦੇ ਹੋ, ਉੱਥੋਂ ਕੋਈ ਇਹੋ ਜਿਹੀ ਗੱਲ ਨਹੀਂ। 71 ਦੀ ਟੀਮ ਹੈ, ਮੁੱਲਾਪੁਰ ਦੀ ਟੀਮ ਹੈ, ਫਿਰ ਅਨੀਤਾ ਸ਼ਬਦੀਸ਼ ਜੀ ਕੰਮ ਕਰ ਰਹੇ ਨੇ, ਜਾਂ ਸਾਡੇ ਸੰਗੀਤਾ ਗੁਪਤਾ ਹੈ, ਸਾਹਿਬ ਸਿੰਘ ਹੁਣੇ ਨੇ, ਇਸ ਕਰਕੇ ਇਹ ਕੋਈ ਐਡੀ ਚਿੰਤਾ ਵਾਲੀ ਗੱਲ ਨਹੀਂ। ਅਤੇ ਮੇਰੇ ਵੀ ਜਦੋਂ ਵੀ ਤੁਸੀਂ ਸੰਪਰਕ 'ਚ ਆਉਣਾ ਚਾਹੋ ਤਾਂ ਮੈਂ ਤੁਹਾਡੇ ਲਈ ਹਾਜ਼ਰ ਹਾਂ। ਅਤੇ ਮੈਂ ਧੰਨਵਾਦ ਕਰਦੀ ਹਾਂ ਅਸੁਵਿਧਾ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਦਿੱਤਾ ਹੈ, ਅਤੇ ਮੈਂ ਆਸ ਕਰੂੰਗੀ ਕਿ ਤੁਸੀਂ ਵੱਧ ਤੋਂ ਵੱਧ ਲੋਕ ਅਸੁਵਿਧਾ ਮੰਚ ਨਾਲ ਜੁੜੋ, ਤਾਂ ਕਿ ਮੈਨੂੰ ਤਾਂ ਸੱਚੀ, ਮੈਂ ਤਾਂ ਦਿਲੋਂ ਕਹਿ ਰਹੀ ਹਾਂ ਕਿ ਬਹੁਤ ਕੁਛ ਸਿੱਖਣ ਦਾ ਮੌਕਾ ਮਿਲ ਰਿਹਾ, ਅਤੇ ਮੈਂ ਲਗਾਤਾਰ ਜੁੜੀ ਰਹੂੰਗੀ। ਮੈਂ ਧੰਨਵਾਦ ਕਰਦੀ ਹਾਂ ਸਾਰੇ ਅਸੁਵਿਧਾ ਮੰਚ ਦੇ ਮੈਂਬਰਾਂ ਦਾ, ਜਿਨ੍ਹਾਂ ਨੇ ਅੱਜ ਇੰਨੇ ਲੋਕਾਂ ਨਾਲ ਜੁੜਨ ਦਾ ਮੈਨੂੰ ਮੌਕਾ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।